ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਬੱਚਿਆਂ ਨੂੰ ਵੈਰੀ ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ ਉਡਾਨ ਇੰਸਟੀਚਿਊਟ ਬਠਿੰਡਾ ਦੇ ਆਨਲਾਈਨ ਪਲੈਟਫਾਰਮ ਤੇ ਰਾਤ ਦੇ 8 ਵਜੇ ਨੇ ਤੇ ਅਸੀਂ ਜਿਵੇਂ ਕਿ ਨਵੀਂ-ਨਵੀਂ ਇੰਗਲਿਸ਼ ਪੈਡਾਗੋਜੀ ਦੇ ਸਵਾਲਾਂ ਦੀ ਸੀਰੀਜ਼ ਜਿਹੜੀ ਹੈ ਉਹ ਸਟਾਰਟ ਕਰੀ ਹੈ ਤੇ ਇਸ ਸੀਰੀਜ਼ ਦੇ ਵਿੱਚ ਇਸ ਸੀਰੀਜ਼ ਦੇ ਵਿੱਚ ਅਸੀਂ ਪੇਪਰ ਤੱਕ ਕੰਟੀਨਿਊਸਲੀ ਜਿਹੜੇ ਇੰਪੋਰਟੈਂਟ ਐਮਸੀਕਿਊਜ਼ ਰਹਿਣਗੇ ਉਹਨਾਂ ਨੂੰ ਡਿਸਕਸ ਕਰਦੇ ਰਹਾਂਗੇ ਔਰ ਇਹ ਬਹੁਤ ਜ਼ਰੂਰੀ ਸਬਜੈਕਟ ਹੈ ਇਹ ਬਹੁਤ ਇੰਪੋਰਟੈਂਟ ਵਿਸ਼ਾ ਹੈ ਜਿਹਨੂੰ ਲੈ ਕੇ ਬੱਚੇ ਅਕਸਰ ਕਨਫਿਊਜ਼ ਹੁੰਦੇ ਨੇ ਕਿਉਂਕਿ ਤੁਸੀਂ ਕਿੰਨਾ ਮਰਜੀ ਥਿਊਰੀ ਪੜ ਲਓ ਕਿਤੇ ਨਾ ਕਿਤੇ ਜੇ ਅਸੀਂ ਪੈਡਾਗੋਜੀ ਦੀ ਗੱਲ ਕਰੀਏ ਤਾਂ ਬਹੁਤ ਸਾਰਾ ਡਾਊਟ ਵਾਲਾ ਜਿਹੜਾ ਸੈਸ਼ਨ ਹੈ ਉਹ ਬਚ ਜਾਂਦਾ ਹੈ ਅਸਲੀ ਡਾਊਟ ਨਿਕਲਦੇ ਨੇ ਅਸਲੀ ਕਨਸੈਪਟ ਕਲੀਅਰ ਹੁੰਦੇ ਨੇ ਜਦੋਂ ਅਸੀਂ MCQs ਨੂੰ ਹੱਲ ਕਰਦੇ ਆ ਤਾਂ ਆਜੋ ਜੀ ਸਾਰੇ ਜਣੇ ਵੈਰੀ ਗੁੱਡ ਈਵਨਿੰਗ ਸਾਰੇ ਬੱਚਾ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਜੁੜ ਰਹੇ ਨੇ ਬੱਚੇ ਇੱਕ ਦੋ ਮਿੰਟ ਦਾ ਸਮਾਂ ਲੈਣੇ ਆ ਤਾਂ ਕਿ ਬੱਚੇ ਆਪਣੀ ਕਲਾਸ ਦੇ ਵਿੱਚ ਪ੍ਰੋਪਰ ਜੁੜ ਜਾਣ ਔਰ ਐਸਪੀ ਬੁੱਟਰ ਕਹਿ ਰਹੇ ਜੀ ਕਿਸਾਨ ਏਕਤਾ ਜਿੰਦਾਬਾਦ ਬਿਲਕੁਲ ਜਿੰਦਾਬਾਦ ਜੀ ਬਿਲਕੁਲ ਜਿੰਦਾਬਾਦ ਸੋ ਬੇਸਿਕਲੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਜੈਨੂਨ ਹੈਗੀਆਂ ਨੇ ਤਾ ਉਹਨਾ ਉਸ ਵਿਸ਼ੇ ਨੂੰ ਲੈ ਕੇ ਵੀ ਆਪਾਂ ਕਦੇ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਅਮਿਤ ਨਵਨੋਤ ਸਤਿ ਸ਼੍ਰੀ ਅਕਾਲ ਕੁਲਵਿੰਦਰ ਵੈਰੀ ਗੁੱਡ ਈਵਨਿੰਗ ਸੰਦੀਪ ਜੱਸੀ ਰਵਿੰਦਰ ਸਰਵਣ ਜਿਹੜੇ ਬੱਚੇ ਮੈਨੂੰ ਸੁਣ ਪਾ ਰਹੇ ਨੇ ਬਸ ਕੀ ਕਰਨਾ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਹੈਗਾ ਜਿਹੜੇ ਬੱਚੇ ਜੁੜਦੇ ਨੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤਾਂ ਕਿ ਤੁਹਾਡੇ ਨਾਲ ਅਸੀਂ ਵੀ ਮੋਟੀਵੇਟ ਫੀਲ ਕਰੀਏ ਅਸੀਂ ਤੁਹਾਨੂੰ ਮੋਟੀਵੇਟ ਕਰਦੇ ਹਾਂ ਤੁਸੀਂ ਸਾਨੂੰ ਮੋਟੀਵੇਟ ਕਰਨਾ ਹੈ ਮੈਂ ਆਪਾਂ ਦੋਵੇਂ ਪਾਰਟੀਆਂ ਦੇ ਇੱਕ ਦੂਜੇ ਨੂੰ ਮੋਟੀਵੇਟ ਕਰਕੇ ਕੰਮ ਖਿੱਚਣਾ ਹੈਗਾ ਤੇ ਪੇਪਰ ਕੱਢਣਾ ਹੈਗਾ ਲਾਈਕ ਦਾ ਬਟਨ ਬਿਨਾ ਪ੍ਰੈਸ ਕਰੇ ਨਾ ਰਹਾ ਕਰੋ ਔਰ ਅਸੀਂ ਕਲਾਸ ਦੇ ਵਿੱਚ ਆਪਣੇ ਅੱਜ ਦੇ ਪਹਿਲੇ ਸਵਾਲ ਤੋਂ ਸ਼ੁਰੂਆਤ ਕਰਦੇ ਹਾਂ ਬੜਾ ਧਿਆਨ ਨਾਲ ਸਵਾਲ ਪੜ੍ਹਨਾ ਹੈ ਪਹਿਲਾਂ ਬੜੇ ਧਿਆਨ ਨਾਲ ਕੁਐਸਚਨ ਪੜ੍ਹਨਾ ਹੈ ਪਹਿਲਾਂ ਆ ਮਦਰ ਆਸਕਡ ਦਾ ਟੀਚਰ ਆਫ ਕਲਾਸ 2 ਕਹਿੰਦੇ ਦੂਸਰੀ ਕਲਾਸ ਵਾਲਾ ਬੱਚਾ ਹੈ ਸੈਕਿੰਡ ਕਲਾਸ ਵਾਲਾ ਬੱਚਾ ਹੈ ਉਹਦੀ ਮੰਮੀ ਉਹਦੇ ਟੀਚਰ ਤੋਂ ਇੱਕ ਕੁਐਸਚਨ ਪੁੱਛਦੀ ਹੈ ਕੀ ਪੁੱਛਦੀ ਹੈ ਹਾਉ ਇਟ ਵਾਸ ਪੋਸੀਬਲ ਫਾਰ ਹਰ ਚਾਈਲਡ ਟੂ ਸਮ ਟਾਈਮਸ ਸੇ ਥਿੰਗਸ ਕਿ ਕਈ ਵਾਰੀ ਉਹਦਾ ਬੱਚਾ ਉਹਦੀ ਬੱਚੀ ਸ਼ੀ ਲੱਗਿਆ ਹੋਇਆ ਉਹਦੀ ਬੱਚੀ ਕਈ ਵਾਰੀ ਅਜੇਹੀਆਂ ਗੱਲਾਂ ਵੀ ਕੀ ਕਰ ਦਿੰਦੀ ਹੈਗੀ ਅਜੇਹੀਆਂ ਗੱਲਾਂ ਵੀ ਬੋਲ ਦਿੰਦੀ ਹੈ ਥੈਟ ਸ਼ੀ ਹੈਡ ਨੈਵਰ ਹਰਡ ਐਨੀ ਅਡਲਟ অর ਸਿਬਲਿੰਗ ਸੇ ਮਤਲਬ ਆਪਾਂ ਇੱਕ ਸੈਕਿੰਡ ਕਲਾਸ ਦੀ ਬੱਚੀ ਦੀ ਮੰਮੀ ਉਹਦੇ ਟੀਚਰ ਨੂੰ ਸਵਾਲ ਪੁੱਛਦੀ ਐ ਕਿ ਮੇਰਾ ਬੱਚਾ ਕਈ ਵਾਰੀ ਘਰੇ ਇਹੋ ਜੀਆਂ ਗੱਲਾਂ ਵੀ ਕਰਦਾ ਐ ਜਿਹੜੀਆਂ ਉਹਨੇ ਕਿਸੇ ਤੋਂ ਨਹੀਂ ਸੁਣੀਆਂ ਹੁੰਦੀਆਂ। ਭਾਈ ਕਿਵੇਂ ਪੋਸੀਬਲ ਐ? ਹਾ ਇਜ਼ ਇਟ ਪੋਸੀਬਲ? ਹੁਣ ਦੇਖੋ ਕਈ ਵਾਰੀ ਤੁਹਾਡੇ ਘਰੇ ਵੀ ਆਲੇ ਦੁਆਲੇ ਵੀ ਨਿੱਕੇ ਬੱਚੇ ਹੋਣੇ ਨੇ। ਕਈ ਗੱਲਾਂ ਕਈ ਵਾਰੀ ਉਹ ਗਾਲਾਂ ਕੱਢਣ ਲੱਗ ਜਾਂਦੇ ਨੇ। ਆਪਾਂ ਸੋਚਦੇ ਆ ਵੀ ਯਾਰ ਅਸੀਂ ਤਾਂ ਕਰੇ ਕਦੇ ਘਰੇ ਗਾਲ ਨਹੀਂ ਕੱਢੀ ਹੈਗੀ। ਤੇਰੇ ਗਾਲ ਕਿੱਥੋਂ ਸਿੱਖਿਆ ਆ ਜੋ ਕਈ ਵਾਰੀ ਕੋਈ ਕਮਾਲ ਦੀ ਗੱਲ ਕਰਦਾ ਸੀ ਉਦੋਂ ਵੀ ਸ਼ੌਕ ਹੁੰਨੇ ਆ ਵੀ ਯਾਰ ਅਸੀਂ ਇਹ ਗੱਲੇ ਦੇ ਸਾਹਮਣੇ ਕਰੀ ਨਹੀਂ ਫਿਰ ਵੀ ਇਹਨੂੰ ਗੱਲ ਕਿਵੇਂ ਪਤਾ ਲੱਗ ਗਈ ਉਹਦੇ ਪਿੱਛੇ ਕੀ ਕਾਰਨ ਹੈ ਪਹਿਲਾ ਆਪਸ਼ਨ ਐਸ ਪਰ ਦਾ ਕੰਸਟਰਕਟਿਵਿਸਟ ਅਪਰੋਚ ਚਿਲड्रन ਕੈਨ ਇਨਵੈਂਟ ਨਿਊ ਲੈਂਗੁਏਜ ਬਿਲਕੁਲ ਗਲਤ ਹੈ ਸੈਕਿੰਡ ਕਲਾਸ ਦਾ ਬੱਚਾ ਹੈ ਕਹਿੰਦੇ ਇਨਵੈਂਟ ਨਿਊ ਲੈਂਗੁਏਜ ਮਤਲਬ ਉਹ ਇੰਨਾ ਕੰਸਟਰਕਟਿਵ ਹੈ ਵੀ ਉਹਨੇ ਨਵੀਂ ਭਾਸ਼ਾ ਹੀ ਕੀ ਕਰ ਲਈ ਇਨਵੈਂਟ ਕਰ ਲਈ ਕੀ ਬੱਚਾ ਕਰ ਸਕਦਾ ਨਵੀਂ ਭਾਸ਼ਾ ਇਨਵੈਂਟ ਕੀ ਨਿੱਕੇ ਬੱਚੇ ਦੀ ਇੰਨੀ ਕ੍ਰੀਏਟੀਵਿਟੀ ਹੈਗੀ ਆ ਬਿਲਕੁਲ ਵੀ ਨਹੀਂ ਹੈਗੀ ਤਾਂ ਪਹਿਲਾ ਆਪਸ਼ਨ ਹੋ ਗਿਆ ਗਲਤ ਲਾਈਕ ਸ਼ੇਅਰ ਕਰ ਦਿਓ ਜੀ ਸੈਸ਼ਨ ਨੂੰ ਲਾਈਕ ਸ਼ੇਅਰ ਕਰੇ ਬਿਨਾ ਨਾ ਰਹਾ ਕਰੋ ਕਈ ਬੱਚੇ ਨਹੀਂ ਲਾਈਕ ਕਰਦੇ ਜਿਨ੍ਹਾਂ ਨੇ ਜਿਨ੍ਹਾਂ ਦੇ ਪੈਸੇ ਲੱਗਦੇ ਉਹ ਨਹੀਂ ਲਾਈਕ ਕਰਿਆ ਕਰੋ ਯਾਰ ਜਿਨ੍ਹਾਂ ਦੇ ਲੱਗਦੇ ਨਹੀਂ ਉਹ ਲਾਈਕ ਕਰ ਦਿਆ ਕਰੋ ਹਨਾ ਹਾਂਜੀ ਅਗਲਾ ਪੁਆਇੰਟ ਚਿਲड्रन ਲਰਨ ਲੈਂਗੁਏਜ ਓਨਲੀ ਬਾਈ ਇਮੀਟੇਟਿੰਗ ਅਡਲਟਸ ਕਹਿੰਦੇ ਵੀ ਜਦੋਂ ਅਡਲਟਸ ਨੂੰ ਸੁਣਦਾ ਅਡਲਟ ਮਤਲਬ ਉਹਦੇ ਘਰੇ ਜਿਹੜੇ ਵੀ ਵੱਡੇ ਬੰਦੇ ਨੇ ਉਹਦੀ ਮੰਮੀ ਉਹਦੀ ਡੈਡੀ ਜਾਂ ਉਹਦਾ ਚਾਚਾ ਚਾਚੀ ਜਾਂ ਉਹਦਾ ਕੋਈ ਵੱਡਾ ਕਜ਼ਨ ਉਹਨੂੰ ਕਹਿੰਦੇ ਉਹਨੂੰ ਇਮੀਟੇਟ ਕਰਦਾ ਹੈਗਾ ਇਮੀਟੇਟ ਦਾ ਮਤਲਬ ਕੀ ਹੁੰਦਾ ਬੱਚਾ ਕੀ ਕਰਦਾ ਨਕਲ ਕਰਦਾ ਹੈਗਾ ਫਿਰ ਜੇ ਕਿਤੇ ਇਹਨਾਂ ਨੇ ਕੀ ਲਿਖਿਆ ਚਿਲड्रन ਲਰਨ ਲੈਂਗੁਏਜ ਓਨਲੀ ਬਾਈ ਕਹਿੰਦੇ ਸਿਰਫ ਜਿਹੜੀ ਭਾਸ਼ਾ ਇੱਕ ਬੱਚਾ ਉਦੋਂ ਸਿੱਖਦਾ ਜਦੋਂ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਕੀ ਕਰਦਾ ਇਮਿਟੇਟ ਕਰਦਾ ਜਦਕਿ ਗੱਲ ਤਾਂ ਇਹ ਪੁੱਛੀ ਜਾ ਰਹੀ ਹੈ ਕਿ ਬੱਚਾ ਉਹੇ ਜੇ ਸ਼ਬਦ ਵੀ ਕਹਿ ਦਿੰਦਾ ਜਿਹੜੇ ਉਹਨੇ ਕਦੇ ਸੁਨੇ ਨਹੀਂ ਜੇ ਤਾਂ ਇਮਿਟੇਟ ਕਰਦਾ ਹੁੰਦਾ ਫਿਰ ਤਾਂ ਉਹਨਾਂ ਸ਼ਬਦਾਂ ਨੂੰ ਸੁਣਦਾ ਹੁੰਦਾ ਪਰ ਬੱਚਾ ਕੀ ਕਹਿ ਰਿਹਾ ਜਿਹੜਾ ਉਹਨੇ ਕਦੇ ਵੀ ਅੱਜ ਤੱਕ ਨਹੀਂ ਸੁਣਿਆ ਦਾ ਮਤਲਬ ਸੈਕੰਡ ਆਪਸ਼ਨ ਵੀ ਆਪਣੇ ਕੋਲੇ ਕੀ ਹੋ ਗਿਆ ਗਲਤ ਹੋ ਗਿਆ ਚੌਮਸਕਾਈ ਨੂੰ ਯਾਦ ਕਰੋ ਬਾਬਾ ਚੌਮਸਕਾਈ ਚੌਮਸਕਾਈ ਬੈਲੀ ਨੂੰ ਯਾਦ ਕਰੋ ਦਾ ਹਿਊਮਨ ਬ੍ਰੇਨ ਇਜ਼ ਇਨੇਟਲੀ ਵਾਇਡ ਟੂ ਲਰਨ ਲੈਂਗੁਏਜ ਕਿ ਜਿਹੜਾ ਸਾਡਾ ਹਿਊਮਨ ਬ੍ਰੇਨ ਆ ਨਾ ਇਹਦੀ ਇੱਕ ਇਨੇਟ ਕਪੈਸਿਟੀ ਆ ਚੀਜ਼ਾਂ ਨੂੰ ਸਿੱਖਣ ਦੀ ਹਿਊਮਨ ਬ੍ਰੇਨ ਦੇ ਵਿੱਚ ਇੰਨੀ ਕੁ ਪਾਵਰਫੁਲ ਇੱਕ ਡਿਵਾਈਸ ਪੜਿਆ ਹੋਣਾ ਤੁਸੀਂ ਆਪਾਂ ਕਲਾਸ 'ਚ ਵੀ ਪੜ੍ਹਦੇ ਹੁੰਦੇ ਆ एलएडी ਪੜਿਆ ਨਾ ਲੈਂਗੁਏਜ ਐਕੂਇਜ਼ੀਸ਼ਨ ਡਿਵਾਈਸ ਕੌਣ ਕਹਿੰਦਾ ਇਹ ਇਹ ਕਹਿੰਦਾ ਚੌਮਸਕੀ ਚੌਮਸਕੀ ਕਹਿੰਦਾ ਹੈ ਕਿ ਸਾਡੇ ਦਿਮਾਗ ਦੇ ਵਿੱਚ ਹਿਊਮਨ ਬ੍ਰੇਨ ਦੇ ਵਿੱਚ ਇੱਕ ਲੈਂਗੁਏਜ ਐਕੂਡੀਸ਼ ਐਕੂਇਜ਼ੀਸ਼ਨ ਡਿਵਾਈਸ ਫਿੱਟ ਕੀਤਾ ਹੁੰਦਾ ਮਤਲਬ ਉਹ ਆਏ ਨਹੀਂ ਵੀ ਕੋਈ ਚਿਪ ਪਾਤੀ ਸਿੰਪਲੀ ਸਮਝਣ ਵਾਸਤੇ ਜਿਹੜਾ ਉਹ ਐਲਏਡੀ ਹੈ ਉਹਦੇ ਨਾਲ ਸਾਡੇ ਬ੍ਰੇਨ ਦੀ ਇਨੇਟ ਕਪੈਸਿਟੀ ਬਣਦੀ ਹੈ ਕਿਸੇ ਵੀ ਸ਼ਬਦਾਂ ਨੂੰ ਕਿਸੇ ਵੀ ਭਾਸ਼ਾ ਨੂੰ ਸਿੱਖਣ ਦੀ ਸਾਹੀਂ ਕਰਕੇ ਬੱਚਾ ਉਹ ਵੀ ਸ਼ਬਦ ਬੋਲ ਪਾ ਰਿਹਾ ਹੈ ਜਿਹੜੇ ਅੱਜ ਤੱਕ ਉਹਨੇ ਕਦੇ ਸੁਣੇ ਨਹੀਂ ਜਿਹੜੇ ਅੱਜ ਤੱਕ ਉਹਨੇ ਆਲੇ ਦੁਆਲੇ ਦੇ এনवायरमेंट ਦੇ ਵਿੱਚ ਕਦੇ ਵੀ ਨਹੀਂ ਸੁਣੇ ਤਾਂ ਇਹਦਾ ਆਨਸਰ ਕੀ ਲੱਗਦਾ ਹੈ ਸੀ ਜੀ ਵੀ ਆਪਸ਼ਨ ਪੜਾਂਗੇ ਆ ਚਾਈਲਡ ਲਰਨਸ ਲੈਂਗੁਏਜ ਵੈਨ ਵੀ ਰੀਫੋਰਸ ਰੀਇਨਫੋਰਸ ਦਾ ਡਵੈਲਪਮੈਂਟ ਆਫ ਦਾ ਚਾਈਲਡ ਲੈਂਗੁਏਜ ਮਤਲਬ ਕਹਿੰਦੇ ਜਦੋਂ ਅਸੀਂ ਉਹਨੂੰ ਰੀਇਨਫੋਰਸ ਕਰਦੇ ਆ ਤਾਂ ਰੀਇਨਫੋਰਸ ਦੀ ਤਾਂ ਗੱਲ ਹੀ ਨਹੀਂ ਹੋ ਰਹੀ ਤਾਂ ਆਪਣਾ ਆਪਸ਼ਨ ਕਿਹੜਾ ਆ ਗਿਆ ਬੱਚਿਓ ਸੀ ਆਪਸ਼ਨ ਆ ਗਿਆ ਆਪਸ਼ਨ ਦਾ ਧਿਆਨ ਰੱਖਣਾ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਹੈ ਸਾਰੇ ਬੱਚਾ ਨੇ ਜੇ ਆਪਾਂ ਗੱਲ ਕਰੀਏ ਬਿਲਕੁਲ ਬਿਲਕੁਲ ਪ੍ਰਭਜੋਤ ਚੌਮਸਕੀ ਐਲ ਐ ਡੀ ਸੀ ਆਪਸ਼ਨ ਵੀਰਪਾਲ ਦਾ ਬਾਕੀ ਵੀ ਕਾਫੀ ਬੱਚਾ ਦਾ ਆਇਆ ਹੈਗਾ ਠੀਕ ਹੈ ਹਾਂਜੀ ਸੋ ਸੀ ਆਪਸ਼ਨ கரੈਕਟ ਆਪਸ਼ਨ ਹੈ ਅਗਲਾ ਪੁਆਇੰਟ ਹੈ ਅਗਲਾ ਕੁਐਸਚਨ ਪੜੋ ਪਹਿਲਾ ਕੁਐਸਚਨ ਪੜਨਾ ਧਿਆਨ ਨਾਲ ਪੈਡਾਗੋਜੀ ਦੇ ਵਿੱਚ ਜੇ ਕੁਐਸਚਨ ਆ ਨਾ ਪੜਨਾ ਆ ਸਾਰੀ ਗੇਮ ਨੂੰ ਮਝਣੀ ਹੈ ਕਿਉਂਕਿ ਗੱਲ ਹੀ ਸਾਰੀ ਸਵਾਲ ਦੇ ਵਿੱਚ ਸ਼ਿਪਿੰਗ ਹੁੰਦੀ ਹੈ ਚਲੋ ਜੀ ਸਵਾਲ ਪੜਦੇ ਹਾਂ ਆ ਟੈਕਨੀਕ ਯੂਜ਼ਡ ਟੂ ਫੈਸਿਲਿਟੇਟ ਅਰਲੀ ਲਿਟਰੇਸੀ ਵਿਚ ਇਨਵੋਲਵਸ ਅਰਲੀ ਲਿਟਰੇਸੀ ਮਤਲਬ ਜਲਦੀ ਏਜ ਦੇ ਵਿੱਚ ਅਰਲੀ ਪੀਰੀਅਡ ਦੇ ਵਿੱਚ ਕਿਸੇ ਨੂੰ ਪੜਾਉਣਾ ਵਿਚ ਇਨਵੋਲਵਸ ਐਨ ਅਡਲਟ ਇੱਕ ਕੋਈ ਅਡਲਟ ਬੈਠਾ ਹੈ ਅਡਲਟ ਮਤਲਬ ਘਰ ਦਾ ਕੋਈ ਵੱਡਾ ਬੰਦਾ ਜਿਵੇਂ ਆਪਣੇ ਘਰੇ ਕੋਈ ਨਿੱਕਾ ਬੱਚਾ ਹੈ ਉਹਦੀ ਮੰਮੀ ਉਹਦਾ ਡੈਡੀ ਉਹਦਾ ਚਾਚਾ ਚਾਚੀ ਉਹਦੀ ਭੂਆ ਉਹਦੀ ਦਾਦੀ ਕੋਈ ਵੀ ਠੀਕ ਹੈ ਐਂਡ ਅ ਚਾਈਲਡ ਦੋਵੇਂ ਇਕੱਠੇ ਬੈਠੇ ਨੇ ਇੱਕ 3-4 ਸਾਲ ਦਾ ਬੱਚਾ ਬੈਠਾ ਹੈ ਇੱਕ ਘਰੇ ਪਲਣ ਉਹਦੀ ਦਾਦੀ ਬੈਠੀ ਹੈ ਠੀਕ ਹੈ ਲੁਕਿੰਗ ਐਟ ਅ ਬੁੱਕ ਟੁਗੇਦਰ ਦੋਵੇਂ ਜਣੇ ਇੱਕ ਕਿਤਾਬ ਖੋਲ ਕੇ ਬੈਠੇ ਹੋਏ ਨੇ ਤੇ ਕਿਤਾਬ ਨੂੰ ਦੇਖ ਰਹੇ ਨੇ ਬੱਚਾ ਵੀ ਦੇਖ ਰਿਹਾ ਹੈ ਤੇ ਦਾਦੀ ਵੀ ਦੇਖ ਰਹੀ ਹੈ ਵਾਈਲ ਦਾ ਅਡਲਟ ਆਸਕਸ ਕੁਐਸਚਨ ਅਡਲਟ ਉਹਨੂੰ ਕੁਐਸਚਨ ਪੁੱਛ ਰਿਹਾ ਹੈ ਮਤਲਬ ਜਿਹੜੀ ਦਾਦੀ ਹੈ ਉਹ ਕੋਈ ਫੋਟੋ ਦੇਖ ਰਹੀ ਹੈ ਕਿਤਾਬ ਦੇ ਵਿੱਚ ਵੀ ਆਹ ਕੀ ਕਰੀ ਜਾਂਦਾ ਫਾਰ ਇਗਜ਼ਾਮਪਲ ਕੋਈ ਕਹਾਣੀ ਚੱਲ ਰਹੀ ਆ ਫਾਰ ਇਗਜ਼ਾਮਪਲ ਕਾਊਏ ਵਾਲੀ ਕਹਾਣੀ ਲਾ ਲਈ ਵੀ ਕਾਊਆ ਭਾਈ ਪੱਥਰ ਪਾ ਪਾ ਕੇ ਪਾਣੀ ਨੂੰ ਉੱਪਰ ਕਰ ਰਿਹਾ ਹੈ ਦਾਦੀ ਬੱਚੇ ਨੂੰ ਪੁੱਛ ਰਹੀ ਹੈ ਵੀ ਆ ਕੀ ਹੈ ਇਹ ਕਾਂ ਹੈ ਹਨਾ ਕੁਝ ਇਸ ਤਰੀਕੇ ਨਾਲ ਐਂਡ ਇਨਕਰੇਜਸ ਅ ਆਸਕ ਕੁਐਸਚਨ ਟੂ ਦਾ ਅਡਲਟ ਤੇ ਅਡਲਟ ਨੂੰ ਵੀ ਇਨਕਰੇਜ ਕਰਦੀ ਹੈ ਵੀ ਤੂੰ ਵੀ ਮੈਨੂੰ ਸਵਾਲ ਪੁੱਛ ਵੀ ਜਿੱਥੇ ਤੈਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕਾਂ ਕਿੱਧਰ ਨੂੰ ਜਾ ਰਿਹਾ ਕੀ ਕਰ ਰਿਹਾ ਸਮਝ ਰਹੇ ਹੋ ਨਾ ਕਹਾਣੀ ਕੀ ਹੈ ਕਿ ਇੱਕ ਬੱਚਾ ਛੋਟਾ ਤੇ ਇੱਕ ਕੋਈ ਬड़ा ਬੰਦਾ ਦੋਵੇਂ ਆਪਸ ਦੇ ਵਿੱਚ ਕੀ ਖੋਲ ਕੇ ਬੈਠੇ ਨੇ ਕਿਤਾਬ ਕਿਤਾਬ ਦੇ ਉੱਪਰ ਕੋਈ ਫੋਟੋ ਆ ਕਿਸੇ ਕਹਾਣੀ ਨੂੰ ਅਨਾਲਿਸਿਸ ਕੀਤਾ ਜਾ ਰਿਹਾ ਹੈ ਨਾਇਤਾ ਜਿਹੜੀ ਦਾਦੀ ਆ ਬੱਚੇ ਦੀ ਉਹ ਖੁਦ ਕੁਐਸਚਨ ਪੁੱਛ ਰਹੀ ਨਾਲੇ ਉਹ ਬੱਚੇ ਨੂੰ ਕਹਿ ਰਹੀ ਵੀ ਤੂੰ ਵੀ ਮੈਨੂੰ ਸਵਾਲ ਪੁੱਛ ਇਹ ਕੀ ਆ ਸਟੋਰੀ ਟੈਲਿੰਗ ਹੈ ਮਾਡਲ ਰੀਡਿੰਗ ਹੈ ਸ਼ੇਅਰਡ ਰੀਡਿੰਗ ਹੈ ਜਦ ਡਾਇਲੌਗ ਰੀਡਿੰਗ ਹੈ ਸਵਾਲ ਦਾ ਅਨਸਰ ਜਿਹੜਾ ਹੈ ਉਹ ਬੱਚੇ ਮੈਨੂੰ ਪਤਾ ਸੀ ਕਿਹੜਾ ਕਰਨਗੇ ਸਟੋਰੀ ਟੈਲਿੰਗ ਕਰਨਗੇ ਸਟੋਰੀ ਟੈਲਿੰਗ ਉਦੋਂ ਹੁੰਦੀ ਹੈ ਜੇ ਕਿਤੇ ਆਪਣੇ ਕੀ ਦੀ ਗੱਲ ਨਾ ਹੋਈ ਹੁੰਦੀ ਬੁੱਕ ਦੀ ਗੱਲ ਨਾ ਹੋਈ ਹੁੰਦੀ ਜੇ ਕਿਤੇ ਬੁੱਕ ਤੋਂ ਬਿਨਾ ਜਿਹੜੀ ਦਾਦੀ ਹੈ ਉਹ ਬੱਚੇ ਨੂੰ ਪੜਾ ਰਹੀ ਹੁੰਦੀ ਵਿਦਆਊਟ ਬੁੱਕ ਜਿਵੇਂ ਸਾਡੀਆਂ ਦਾਦੀਆਂ ਪਹਿਲਾਂ ਸਾਨੂੰ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਸੀ ਬਿਨਾ ਬੁੱਕ ਤੋਂ ਜੇ ਤੁਸੀਂ ਆਪਣੀ ਦਾਦੀ ਨਾਲ ਬੱਚਾ ਪਿਆ ਉਹਨੂੰ ਕਹਾਣੀ ਸੁਣਾਈ ਜਾ ਰਹੀ ਹੈ ਦੈਨ ਥਿਸ ਵਿਲ ਬੀ ਸਟੋਰੀ ਟੈਲਿੰਗ ਸਟੋਰੀ ਟੈਲਿੰਗ ਮਤਲਬ ਜਦੋਂ ਅਸੀਂ ਬਿਨਾ ਬੁੱਕ ਤੋਂ ਵਿਦਆਊਟ ਐਨੀ ਬੁੱਕ ਅਸੀਂ ਬੱਚੇ ਦੇ ਨਾਲ ਕੋਈ ਕਹਾਣੀ ਸੁਣਾਉਣੀ ਆ ਤਾਂ ਸਟੋਰੀ ਟੈਲਿੰਗ ਨਹੀਂ ਹੋ ਸਕਦਾ ਦੂਸਰਾ ਦੇਖੋ ਮਾਡਲ ਰੀਡਿੰਗ ਕਿਹੜੀ ਹੁੰਦੀ ਹੈ ਮਾਡਲ ਰੀਡਿੰਗ ਦਾ ਮਤਲਬ ਕੀ ਹੈਗਾ ਕਿ ਜਦੋਂ ਬੱਚਾ ਟੀਚਰ ਦੇ ਨਾਲ-ਨਾਲ ਪੜ ਰਿਹਾ ਹੈ ਮਤਲਬ ਟੀਚਰ ਇੱਕ ਚੀਜ਼ ਨੂੰ ਪੜਾ ਰਹੀ ਹੈ ਜਿਵੇਂ ਟੀਚਰ ਕਹਿ ਰਹੀ ਹੈਗੀ ਕਿ ਸ਼ੀ ਇਜ਼ ਅ ਕੈਟ ਤੇ ਬੱਚਾ ਉਹਦੇ ਮੰਗਰ ਕਹਿ ਰਿਹਾ ਦਟ ਸ਼ੀ ਇਜ਼ ਅ ਕੈਟ ਇਹਨੂੰ ਅਸੀਂ ਕੀ ਬੋਲਦੇ ਹਾਂ ਮਾਡਲ ਰੀਡਿੰਗ ਮਤਲਬ ਉਹਦਾ ਜਿਹੜਾ ਮਾਡਲ ਆ ਮਾਡਲ ਕੌਣ ਹੈ ਟੀਚਰ ਟੀਚਰ ਪੜਾ ਰਿਹਾ ਤੇ ਬੱਚਾ ਉਹਨੂੰ ਨਕਲ ਕਰਕੇ ਪੜ ਰਿਹਾ ਦਿਸ ਇਸ ਕਾਲਡ ਮਾਡਲ ਰੀਡਿੰਗ ਇਹ ਵੀ ਨਹੀਂ ਹੋ ਸਕਦਾ ਸ਼ੇਅਰਡ ਰੀਡਿੰਗ ਦਾ ਮਤਲਬ ਕੀ ਹੁੰਦਾ ਹੈਗਾ ਕਿ ਜਦੋਂ ਅਸੀਂ ਕੀ ਕਰ ਰਹੇ ਹਾਂ ਗਰੁੱਪ ਦੇ ਵਿੱਚ ਪੜ ਰਹੇ ਹਾਂ ਕਿ ਚਾਰ ਪੰਜ ਬੱਚੇ ਬੈਠੇ ਹੋਏ ਨੇ ਆਪਣੀ ਕਲਾਸ ਦੇ ਵਿੱਚ ਔਰ ਕਿਸੇ ਤਰੀਕੇ ਦੇ ਨਾਲ ਗਰੁੱਪ ਦੇ ਵਿੱਚ ਇੱਕ ਕੀ ਹੋ ਰਹੀ ਹੈ ਰੀਡਿੰਗ ਹੋ ਰਹੀ ਹੈ ਤਾਂ ਫਿਰ ਇਹਨੂੰ ਅਸੀਂ ਕੀ ਕਹਾਂਗੇ ਸ਼ੇਅਰਡ ਰੀਡਿੰਗ ਕਹਾਂਗੇ ਤੇ ਸਾਡੇ ਕੋਲੇ অপਸ਼ਨ ਕੀ ਬਚ ਗਈ ਡਾਇਲੌਗ ਡਾਇਲੋgic ਲੋਜਿਕ ਨਹੀਂ ਕਹਾਂਗੇ ਲੋਜਿਕ ਡਾਇਲੌਗ ਸ਼ਬਦ ਤੋਂ ਬੜਿਆ ਹੋਇਆਗਾ ਡਾਇਲੌਗ ਸ਼ੇਅਰ ਕੀਤੇ ਜਾ ਰਹੇ ਨੇ ਜਦੋਂ ਕਿਤਾਬ ਲੈ ਕੇ ਬੈਠੇ ਨੇ ਤਾਂ ਮਤਲਬ ਡਾਇਲੋਗਿਕ ਰੀਡਿੰਗ ਹੋ ਰਹੀ ਆ ਵਿਦਆਊਟ ਬੁੱਕ ਹੈ ਤਾਂ ਕਿਹੜੀ ਕੀ ਹੋ ਰਿਹਾ ਸਟੋਰੀ ਟੈਲਿੰਗ ਤਾਂ ਆਪਣੇ ਸਵਾਲ ਦਾ ਜਵਾਬ ਬੱਚਿਓ ਕੀ ਹੋਊਗਾ ਡਾਇਲੋਗਿਕ ਰੀਡਿੰਗ ਹੋਊਗਾ ਜਿਹੜੀ ਕਾਫੀ ਬੱਚਾ ਨੇ ਘੱਟ ਨੇ ਅਨਸਰ ਦਿੱਤਾ ਹੈ ਅੱਛਾ ਜੀ ਲਾਈਕ ਜ਼ਰੂਰ ਕਰ ਦਿਓ ਲਾਈਕ ਅੱਦੇ ਨੇ ਬੈਠੇ ਡਬਲ ਬੱਚੇ ਨੇ ਹੁਣ ਦੇਖਿਓ ਤੁਹਾਡੇ ਚੋਂ ਅਨਸਰ ਕਿਹੜੇ ਬੱਚੇ ਨੇ ਸਹੀ ਕਰੇਗਾ ਹਾਂਜੀ ਰਾਹੁਲ ਕੁਮਾਰ ਬਿਲਕੁਲ ਰਾਜੇ ਡੋਂਟ ਵਰੀ ਦਰ ਇਸ ਨੋ ਨੀਡ ਟੂ ਟੇਕ ਸਟ्रेस ਜਿਹੜੇ ਬੱਚਾ ਨੂੰ ਸਟ्रेस ਹੋ ਰਿਹਾਗਾ ਕੋਈ ਗੱਲ ਨਹੀਂ ਮੈਨੂੰ ਪਤਾ ਮਜਬੂਰੀਆਂ ਹੁੰਦੀਆਂ ਸਾਡੇ ਘਰਾਂ ਦੀਆਂ ਅਸੀਂ ਟੈਨਸ਼ਨ ਚ ਆ ਜਾਂਦੇ ਆ ਇਸ ਨੰਬਰ ਤੇ ਕਾਲ ਕਰਕੇ ਮੇਰੇ ਨਾਲ ਗੱਲ ਕਰ ਸਕਦੇ ਹੋ 9815776606 ਅੱਜ ਮੈਨੂੰ ਇੰਨੇ ਕ ਬੱਚਾਂ ਦੇ ਇਸ ਤਰੀਕੇ ਦੀ ਵੀ ਕਾਲਸ ਆਈਆਂ ਸੀਗੀਆਂ ਕਿ ਕਈ ਵਾਰੀ ਯਾਰ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਅਸੀਂ ਵੀ ਸਮਝਦੇ ਆ ਅਸੀਂ ਵੀ ਇਸ ਚੱਕਰ ਚ ਫਸੇ ਹੋਏ ਆ ਇਸ ਬਾਰੇ ਗੱਲ ਅਸੀਂ ਬਾਅਦ ਚੋਂ ਕਰਾਂਗੇ ਪਰ ਤੁਸੀਂ ਹੁਣ ਨੀ ਸਟ੍ਰੈਸ ਲੈਣਾ ਜੇ ਹੁਣ ਸਟ੍ਰੈਸ ਲੈ ਕੇ ਅਸੀਂ ਪਰਫਾਰਮ ਨਹੀਂ ਕਰ ਪਾਵਾਂਗੇ ਤਾਂ ਪਲੀਜ਼ ਆਪਦੇ ਆਪ ਨੂੰ ਸਟੇਬਲ ਰੱਖੋ ਹਣਾ ਰੱਬ ਦਾ ਨਾਮ ਲਓ ਅਗਲਾ ਪੁਆਇੰਟ ਆ ਟੀਚਰ ਕੈਨ ਡਵੈਲਪ ਦਾ ਲਿਸਨਿੰਗ ਸਕਿੱਲ ਆਫ ਲੈਂਗੁਏਜ ਲਰਨਰਸ ਬਾਈ ਲਿਸਨਿੰਗ ਸਕਿੱਲ ਨੂੰ ਡਵੈਲਪ ਕਰਨ ਦੀ ਗੱਲ ਹੋ ਰਹੀ ਹੈ ਸਵਾਲ ਧਿਆਨ ਨਾਲ ਪੜ੍ਹਨਾ ਹੈ ਸਭ ਤੋਂ ਪਹਿਲਾਂ ਤਾਂ ਆ ਟੀਚਰ ਕੈਨ ਡਵੈਲਪ ਇੱਕ ਅਧਿਆਪਕ ਡਵੈਲਪ ਕਰ ਸਕਦਾ ਹੈ ਕਿਹਨੂੰ ਡਵੈਲਪ ਕਰ ਸਕਦਾ ਲਿਸਨਿੰਗ ਸਕਿੱਲ ਨੂੰ ਆਫ ਆ ਲੈਂਗੁਏਜ ਲਰਨਰ ਕਿਹਦੇ ਵਾਸਤੇ ਲੈਂਗੁਏਜ ਲਰਨਿੰਗ ਵਾਸਤੇ ਕਿਹਦੇ ਦੁਆਰਾ ਅੱਛਾ ਲਿਸਨਿੰਗ ਸਕਿੱਲ ਤੋਂ ਮੈਨੂੰ ਯਾਦ ਆਇਆ ਆਪਾਂ ਨੇ 4 ਸਕਿੱਲ ਪੜੇ ਸੀ ਨਾ ਕਿਹੜੇ-ਕਿਹੜੇ ਪੜੇ ਸੀ ਕਿਹੜੀ ਫਾਰਮ ਦੇ ਵਿੱਚ ਐਲ ਐਸ ਆਰ ਤੇ ਡਬਲਯੂ ਦੀ ਫਾਰਮ ਦੇ ਵਿੱਚ ਹਨ ਜਿਹਦੇ ਵਿੱਚ ਅਸੀਂ ਅਸੀਂ ਦੇਖਿਆ ਵੀ ਇਹ ਇੰਟੀਗ੍ਰੇਟਿਡ ਮੈਨਰ ਦੇ ਵਿੱਚ ਕੰਮ ਕਰਦੇ ਨੇ ਮਤਲਬ ਇਹ ਆਪਸ ਦੇ ਵਿੱਚ ਜੁੜੇ ਹੁੰਦੇ ਨੇ ਤੇ ਇਹਨਾਂ ਨੂੰ ਆਪਾਂ ਇਕੱਠੇ ਹੀ ਰੱਖਣਾ ਹੁੰਦਾ ਹੈਗਾ ਇਹ ਇੱਕ ਦੂਜੇ ਦੇ ਨਾਲ ਬੰਨੇ ਹੋਏ ਹੁੰਦੇ ਨੇ ਹਨਾ ਜਿਵੇਂ ਅਸੀਂ ਕਹਿ ਦਿੰਦੇ ਆ ਵੀ ਜਿਹੜਾ ਬੰਦਾ ਚੰਗਾ ਪੜ੍ਹੂਗਾ ਉਹੀ ਚੰਗਾ ਲਿਖੂਗਾ ਜਿਹੜਾ ਪਹਿਲਾਂ ਇੱਕ ਅੱਛਾ ਲਿਸਨਰ ਹੋਊਗਾ ਉਹੀ ਅੱਛਾ ਸਪੀਕਰ ਹੋਊਗਾ ਸਭ ਤੋਂ ਪਹਿਲਾਂ ਬੱਚਾ ਕੀ ਕਰਦਾ ਸੁਣਦਾ ਤੇ ਸੁਣ ਸੁਣ ਕੇ এনवायरमेंट ਦੇ ਵਿੱਚੋਂ ਹੀ ਉਹ ਕੀ ਕਰਨਾ ਸਿੱਖਦਾ ਬੋਲਣਾ ਸਿੱਖਦਾ ਠੀਕ ਹੈ ਪਹਿਲਾਂ ਅਸੀਂ ਪੜ੍ਹਦੇ ਆ ਤੇ ਫਿਰ ਅਸੀਂ ਕੀ ਕਰਨਾ ਸਿੱਖਦੇ ਆ ਲਿਖਣਾ ਸਿੱਖਦੇ ਹਾਂ ਹਨਾ ਇਹਦੇ ਵਿੱਚੋਂ ਦੋ ਸਕਿੱਲ ਆਪਾਂ ਪੜ੍ਹੇ ਸੀਗੇ ਕਿ ਕਿਹੜੇ ਸਕਿੱਲ ਨੇ ਬੱਚੋ ਪ੍ਰੋਡਕਟਿਵ ਨੇ ਜਿਦੇ ਚ ਅਸੀਂ ਪ੍ਰੋਡਕਟਿਵਿਟੀ ਦਿਖਾਉਣੀ ਆ ਪ੍ਰੋਡਕਟਿਵਿਟੀ ਜਾਤਾ ਸੀ ਬੋਲ ਕੇ ਦਿਖਾ ਸਕਦੇ ਆ ਜਾਂ ਸੀ ਆਪਣੇ ਵੱਲੋਂ ਕੋਈ ਵੀ ਚੀਜ਼ ਨੂੰ ਲਿਖ ਕੇ ਦਿਖਾ ਸਕਦੇ ਆ ਸੋ ਰੀਡਿੰਗ ਐਂਡ ਸਪੀਕਿੰਗ ਸੌਰੀ ਰਾਈਟਿੰਗ ਐਂਡ ਸਪੀਕਿੰਗ ਪ੍ਰੋਡਕਟਿਵ ਸਕਿੱਲ ਨੇ ਔਰ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਪੁਆਇੰਟ ਕਰਾਇਆ ਸੀਗਾ ਕਿ ਦੋ ਸਕਿੱਲ ਨੇ ਜਿਹੜੇ ਉਹ ਕਿਹੜੇ ਨੇ ਰਿਸੈਪਟਿਵ ਨੇ ਕਿਹੜੇ-ਕਿਹੜੇ ਰਿਸੈਪਟਿਵ ਹੁੰਦੇ ਨੇ ਰੀਡਿੰਗ ਤੇ ਇਸ ਤੋਂ ਬਿਨਾ ਸਾਡਾ ਕਿਹੜਾ ਹੋਊਗਾ ਲਿਸਨਿੰ ਠੀਕ ਹੈ ਤਾਂ ਲਿਸਨਿੰਗ ਦੀ ਇੱਥੇ ਗੱਲ ਹੋ ਰਹੀ ਹੈ ਆਨਸਰ ਕੀ ਆ ਰਿਹਾ ਹੈ ਸਾਰੇ ਬੱਚਿਆਂ ਦਾ ਦੇਖ ਲਈਏ ਆਨਸਰ ਸਭਾ ਆਨਸਰ ਦੀ ਧੂੜ ਕਰਤੀ that is d answer ਚਲੋ ਕੋਈ ਗੱਲ ਨਹੀਂ ਦੇਖਦੇ ਆਂ ਫਿਰ ਮੈਨੂੰ ਲੱਗਦਾ ਸਹੀ ਹੋ ਤੁਸੀਂ ਸਭ ਤੋਂ ਪਹਿਲਾ ਪੁਆਇੰਟ ਮੇਕਿੰਗ ਦਾ ਲਰਨਰਸ ਲਿਸਨ ਟੂ एवरीथिंग ਦੇ ਹਿਅਰ ਪੈਸਿਵਲੀ ਮਤਲਬ ਕਹਿੰਦੇ ਵੀ ਜਿਹੜੀਆਂ ਪੈਸਿਵਲੀ ਸੁਣਨ ਦਾ ਮਤਲਬ ਪਤਾ ਕੀ ਹੁੰਦਾ ਵੀ ਆਲੇ ਦੁਆਲੇ ਜੋ ਵੀ ਕੁਝ ਬੋਲਿਆ ਜਾ ਰਿਹਾ ਉਹਨੂੰ ਸੁਣ ਕੇ ਉਹ ਕੀ ਕਰ ਲੇ ਉਹਨੂੰ ਲਿਸਨ ਕਰੇ ਸੁਣੇ ਧਿਆਨ ਨਾਲ ਹਿਅਰ ਦਾ ਮਤਲਬ ਕੀ ਹੁੰਦਾ ਆਵਾਜ਼ਾਂ ਸੁਣਨੀਆਂ ਪਰ ਅਸੀਂ ਹਰ ਆਵਾਜ਼ ਨੂੰ ਤਾਂ ਨਹੀਂ ਸੁਣ ਰਹੇ ਹੁੰਦੇ ਨਾ ਸਾਡੇ ਆਲੇ ਦੁਆਲੇ अनेका ਆਵਾਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਉਹ ਅਸੀਂ ਹਿਅਰ ਕਰ ਰਹੇ ਹਾਂ ਲਿਸਨ ਜਦੋਂ ਅਸੀਂ ਕੇਅਰਫੁਲੀ ਸੁਣਦੇ ਹਾਂ ਜਿਵੇਂ ਕਿ ਹੁਣ ਤੁਹਾਡੇ ਘਰੇ ਭਾਂਡੇ ਵੀ ਖੜਕੀ ਜਾਂਦੇ ਨੇ ਸਾਈਡ ਤੇ ਕਿਉ ਗੱਲਾਂ ਵੀ ਕਰੀ ਜਾਂਦਾ ਉਹ ਸਾਰੀ ਹਿਅਰਿੰਗ ਹੈ ਤੁਸੀਂ ਸੁਣ ਕੀ ਨੂੰ ਰਹੇ ਹੋ ਮੈਨੂੰ ਕੁੜੀ ਕਨਸੈਂਟਰੇਸ਼ਨ ਕਿੱਥੇ ਹੈ ਮੇਰੇ ਤੇ ਮੈਨੂੰ ਲਿਸਨ ਕਰ ਰਹੀ ਹੋ ਤੁਸੀਂ ਠੀਕ ਹੈ ਤਾਂ ਪਹਿਲਾਂ ਤਾਂ ਹੋ ਨਹੀਂ ਸਕਦਾ ਮਤਲਬ ਕਹਿੰਦੇ ਹਿਅਰ ਕਰ ਲੋ ਪੈਸਿਵਲੀ ਤੇ ਉਹਦੇ ਤੋਂ ਲਿਸਨ ਕਰ ਲੋ ਇੰਪੋਸੀਬਲ ਹੈ ਦੂਸਰਾ ਪੁਆਇੰਟ ਸਪੀਕਿੰਗ ਕੰਟੀਨਿਊਸਲੀ ਟੂ ਲਰਨਰ ਬੋਥ ਵਿਦੀਨ ਦਾ ਕਲਾਸਰੂਮ ਐਂਡ ਦਾ ਆਊਟਸਾਈਡ ਉਈਓ ਜਵਾਕ ਪਾਗਲ ਹੋ ਜਾਊਗਾ ਮਤਲਬ ਕਹਿੰਦੇ ਇਹ ਵੀ ਕਲਾਸ ਦੇ ਵਿਦੀਨ ਦਾ ਕਲਾਸ ਕਲਾਸ ਦੇ ਅੰਦਰ ਵੀ ਮਤਲਬ ਜਿਹੜਾ ਕਲਾਸਰੂਮ ਆ ਉਹਦੇ ਅੰਦਰ ਵੀ ਔਰ ਆਊਟਸਾਈਡ ਵੀ ਮਤਲਬ ਕਲਾਸ ਦੇ ਬਾਹਰ ਵੀ ਬੱਚੇ ਨਾਲ ਕੰਟੀਨਿਊਸਲੀ ਬੋਲੀ ਜਾਓ ਤੇ ਫਿਰ ਉਹਦੀ ਲਿਸਨਿੰਗ ਇੰਪਰੂਵ ਹੋ ਜੂਗੀ ਆਏ ਹੋ ਸਕਦਾ ਨਿਆਣਾ ਕਮਣਾ ਹੋ ਜੂ ਦਿਮਾਗ ਹਿੱਲ ਜੂ ਉਹਦਾ ਪਾਗਲ ਹੋ ਜੂਗਾ ਸੈਕੰਡ ਆਪਸ਼ਨ ਗਲਤ ਹੈ ਸੀ ਆਪਸ਼ਨ ਫੋਕਸਿੰਗ ਓਨਲੀ ਓਨ ਲਿਸਨਿੰਗ ਸਕਿੱਲ ਵਿਦਾਊਟ ਐਸੋਸੀਏਟਿੰਗ ਥੈਮ ਵਿਦ ਅਦਰ ਲੈਂਗੁਏਜ ਸਕਿੱਲਸ ਗਲਤ ਹੈ ਹੁਣ ਤੁਹਾਨੂੰ ਮੈਂ ਪਹਿਲੀ ਲਾਈਨ ਚੇ ਦੱਸਿਆ ਸੀ ਵੀ ਜਿਹੜਾ ਇਹ LSRW ਆ ਇੱਕ ਇੰਟੀਗ੍ਰੇਟਿਡ ਮੈਨਰ ਦੇ ਵਿੱਚ ਕੰਮ ਕਰ ਰਿਹਾ ਹੈ ਅਸੀਂ ਇਹਨੂੰ ਇਕੱਲੇ ਨੂੰ ਸੈਪਰੇਟਲੀ ਨਹੀਂ ਸਿੱਖ ਸਕਦੇ ਇਹ ਸਾਰੇ ਦੇ ਸਾਰੇ ਸਕਿਲਸ ਨੇ ਜਿਹੜੇ ਇੱਕ ਦੂਜੇ ਤੇ ਡਿਪੈਂਡੈਂਟ ਹੁੰਦੇ ਨੇ ਤੇ ਇੱਥੇ ਕੀ ਕਹੀ ਜਾਂਦੇ ਨੇ ਕਹਿੰਦੇ ਵਿਦਆਊਟ ਐਸੋਸੀਏਟਿੰਗ ਥੈਮ ਵਿਦ ਅਦਰ ਲੈਂਗੁਏਜ ਸਕਿਲਸ ਐਸੋਸੀਏਟ ਹੀ ਨਾ ਕਰੋ ਉਹਦੇ ਨਾਲ ਤਾਂ ਫਿਰ ਬਿਲਕੁਲ ਗੜਬੜ ਹੋ ਜੂਗੀ ਹੁਣ ਲਿਸਨ ਤੇ ਸਪੀਕਿੰਗ ਕੋਰਿਲੇਟਡ ਨਹੀਂ ਜੇ ਐਸੋਸੀਏਟ ਨਹੀਂ ਕਰਾਂਗੇ ਫਿਰ ਰੌਲਾ ਪੈ ਜਾਣਾ ਹੈ ਤਾਂ ਇਹ ਵੀ ਆਪਸ਼ਨ ਕੀ ਹੋ ਗਿਆ ਗਲਤ ਹੋ ਗਿਆ ਸਾਰੇ ਜਵਾਬ ਹਨ ਪਹਿਲਾਂ ਪਹਿਲਾਂ ਏ ਲਿਖਦੇ ਨੇ ਫਿਰ ਜਦੋਂ ਮੈਂ ਏ ਤੇ ਕਾਟ ਲਾ ਦਿੰਨੀ ਆ ਫਿਰ ਬੀ ਲਿਖਦੇ ਨੇ ਫਿਰ ਮੈਂ ਬੀ ਤੇ ਕਾਟ ਲਾ ਦਿੰਨੀ ਆ ਫਿਰ ਸੀ ਫਿਰ ਮੈਂ ਸੀ ਤੇ ਫਿਰ ਢੇਰਾ ਕਰਦੇ ਫਿਰ ਡੀ ਹੈ ਜੀ ਡੀ ਹੈ ਜੀ ਡੀ ਹੈ ਠੀਕ ਹੈ ਜੀ ਡੀ ਹੈ ਚਲੋ ਕ੍ਰੀਏਟਿੰਗ ਓਪਰਚ्युनिटीज ਫॉर ਲਰਨਰਸ ਲਰਨਰ ਵਾਸਤੇ ਮੌਕੇ ਕ੍ਰੀਏਟ ਕਰੋ ਓਪਰਚ्युनिटीज ਮਤਲਬ ਮੌਕੇ ਕ੍ਰੀਏਟ ਕਰੋ ਟੂ ਲਿਸਨ ਟੂ ਅ ਵੈਰਾਈਟੀ ਆਫ ਲੈਂਗੁਏਜ ਸੋਰਸਸ ਮਤਲਬ ਲੈਂਗੁਏਜ ਸੋਰਸਸ ਦੀ ਵੈਰਾਈਟੀਆਂ ਸੁਣੇ ਵੈਰਾਈਟੀ ਮਤਲਬ ਰੇਡੀਓ ਲਾ ਲਿਆ ਕਈ ਵਾਰੀ ਰੇਡੀਓ ਤੇ ਅੰਗਰੇਜ਼ੀ ਚੱਲੀ ਜਾਂਦੀ ਆ ਆਪਾਂ ਇੱਥੇ ਅੰਗਰੇਜ਼ੀ ਸਿੱਖਣ ਦੀ ਗੱਲ ਕਰ ਰਹੇ ਹਾਂ ਕਿਉਂਕਿ ਆਪਣੀ ਇੰਗਲਿਸ਼ ਦੀ ਪੈਡਾਗੋਜੀ ਆ ਠੀਕ ਹੈ ਵੈਰਾਈਟੀ ਆਫ ਸੋਰਸਸ ਮਤਲਬ ਰੇਡੀਓ ਚੱਲ ਰਿਹਾ ਹੋ ਤੇ ਇੰਗਲਿਸ਼ ਚੱਲ ਰਹੀ ਆ ਕੋਈ ਸੌਂਗ ਚੱਲ ਰਿਹਾ ਹੋ ਤੇ ਇੰਗਲਿਸ਼ ਚੱਲ ਰਹੀ ਆ ਕੋਈ ਮੂਵੀ ਸੁਣ ਰਿਹਾ ਹੋ ਤੇ ਇੰਗਲਿਸ਼ ਚੱਲ ਰਹੀ ਆ ਤਾਂ ਅਲੱਗ-ਅਲੱਗ ਸੋਰਸਸ ਤੋਂ ਉਹਦਾ ਜਿਹੜਾ ਹੈ ਉਹਦੇ ਲਈ ਆਪਰਚੂਨਿਟੀ ਕ੍ਰੀਏਟ ਕਰੋ ਕਿਉਂ ਵੈਰਾਈਟੀ ਆਫ ਸੋਰ ਨਾਲੇ ਦੇ ਨਾਲੇ ਉਹ ਨਾਲ ਕੀ ਸੁਣੀ ਜਾਊਗਾ ਅੰਗਰੇਜ਼ੀ ਸੁਣੀ ਜਾਊਗਾ ਐਂਡ ਪੀਪਲ ਐਂਡ ਅੰਗੇਜਿੰਗ ਇਨ ਅਦਰ ਲਿਸਨਿੰਗ ਐਕਟੀਵिटीज ਤਾਂ ਸਿੰਪਲੀ ਆਪਣਾ ਆਨਸਰ ਬੱਚਿਓ ਕੀ ਹੋ ਗਿਆ ਡੀ ਆਨਸਰ ਠੀਕ ਹੈ ਜੀ ਸੋ ਕਾਫੀ ਬੱਚਾ ਨੇ ਰਾਈਟ ਵੀ ਕਰਿਆ ਕਾਫੀ ਨੇ ਗਲਤ ਵੀ ਕਰਿਆ ਚਲੋ ਆਪਾਂ ਇੱਥੇ ਸਿੱਖਣ ਵਾਸਤੇ ਆਏ ਆ ਜਿਨੇ ਕੋਈ ਗਲਤੀ ਕਰੀ ਹੁੰਦੀ ਹੈ ਉਹਨੂੰ ਇੱਥੇ ਹੀ ਕਰਿਆ ਕਰੋ ਪੇਪਰ ਵਾਸਤੇ ਉਹ ਗਲਤੀ ਸੰਭਾਲ ਕੇ ਨਹੀਂ ਰੱਖਣੀ ਲਾਈਕ ਸ਼ੇਅਰ ਕਰ ਦਿਓ ਜੀ ਸੈਸ਼ਨ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਥੋੜੀ ਕਲਾਸ ਚ ਜਾਣ ਲੱਗਦੀ ਹੈ ਚਲੋ ਜੀ ਅਗਲਾ ਪੁਆਇੰਟ ਰੀਡ ਦਾ ਫੋਲੋਇੰਗ ਸਟੇਟਮੈਂਟਸ ਐਂਡ ਚੂਜ਼ ਦਾ ਕਰੈਕਟ ਆਪਸ਼ਨ ਪਹਿਲਾਂ ਤੁਸੀਂ ਪੜੋ ਤੁਹਾਨੂੰ ਸਵਾਲ ਪੜਨਾ ਹੋਣਾ ਚਾਹੀਦਾ ਪ੍ਰੋਪਰ ਤਰੀਕੇ ਨਾਲ ਠੀਕ ਹੈ ਰੀਡ ਦਾ ਫੋਲੋਇੰਗ ਸਟੇਟਮੈਂਟ ਐਂਡ ਚੂਜ਼ ਦਾ ਕਰੈਕਟ ਆਪਸ਼ਨ ਛੇਤੀ ਛੇਤੀ ਕੁਐਸਚਨ ਪੜੋ ਬਿਲਕੁਲ ਪਿਆਰੇ ਬੱਚੇ ਅੱਛੇ ਬੱਚੇ ਹੁਸ਼ਿਆਰ ਬੱਚੇ ਸਟੇਟਮੈਂਟ ਪੜ੍ਹेंगे ਹਾਂਜੀ ਆ ਇੱਕ ਕਰ ਦਿਆ ਕਰੋ ਯਾਰ ਲਾਈਕ ਨਾਲ ਤਾਂ ਨਾ ਮੇਰਾ ਮਤਲਬ ਇੱਕ ਪਰਸਨਲ ਨਾਤਾ ਜੁੜਿਆ ਹੋਇਆ ਅੱਛਾ ਇੱਕ ਹੋਰ ਗੱਲ ਜਦੋਂ ਤੁਸੀਂ ਕਲਾਸ ਲਾਹਟ ਦੀ ਹੋ ਨਾ ਹੁਣ ਤਾਂ ਤੁਸੀਂ ਵਿੱਚ ਕਮੈਂਟ ਕਰ ਰਹੇ ਹੋ ਕਲਾਸ ਲਾਉਣ ਤੋਂ ਬਾਅਦ ਵੀ ਆਪਣੇ ਵੀਅੂਜ਼ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਦੋਂ ਵੀਡੀਓ ਰਿਕਾਰਡ ਹੋ ਜਾਂਦੀ ਹੈ YouTube ਤੋਂ ਬਾਅਦ ਚੰਗਾ ਲੱਗਦਾ ਮੈਂ ਤੁਹਾਡੇ ਹਰ ਇੱਕ ਕਮੈਂਟ ਨੂੰ ਪਰਸਨਲੀ ਪੜ੍ਹ ਰਹੀ ਹੁੰਦੀ ਹਾਂ ਠੀਕ ਹੈ ਚਲੋ ਜੀ ਕਹਿੰਦੇ ਐਕਿਊਰੇਸੀ ਇਨ ਲੈਂਗੁਏਜ ਅਸਰਸ਼ਨ ਪੜੋ ਐਕਿਊਰੇਸੀ ਇਨ ਲੈਂਗੁਏਜ ਇਜ਼ ਮੋਸਟ ਇੰਪੋਰਟੈਂਟ ਐਟ ਪ੍ਰਾਇਮਰੀ ਲੈਵਲ ਪ੍ਰਾਇਮਰੀ ਲੈਵਲ ਕਿਹੜਾ ਹੈਗਾ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਦੇ ਬੱਚੇ ਨੇ ਫਸਟ ਕਲਾਸ ਤੋਂ ਲੈ ਕੇ 5ਥ ਕਲਾਸ ਦੇ ਬੱਚੇ ਦੇ ਲੈਵਲ ਨੂੰ ਅਸੀਂ ਕਿਹੜਾ ਲੈਵਲ ਕਹਿੰਦੇ ਆ ਪ੍ਰਾਇਮਰੀ ਲੈਵਲ ਕਹਿੰਦੇ ਪ੍ਰਾਇਮਰੀ ਲੈਵਲ ਤੇ ਜਿਹੜੀ ਐਕਿਊਰੇਸੀ ਆ ਐਕਿਊਰੇਸੀ ਦਾ ਮਤਲਬ ਕੀ ਹੁੰਦਾਗਾ ਕਿਉਂ ਲੇਖਣ ਵੇਲੇ ਕੋਈ ਵੀ ਨਾਤਾ ਸਪੈਲਿੰਗ ਗਲਤ ਕਰ ਰਿਹਾ ਤੇ ਨਾ ਹੀ ਬੋਲਣ ਲੱਗੇ ਕੋਈ ਵੀ ਮਿਸਟੇਕ ਕਰ ਰਿਹਾ ਠੀਕ ਹੈ ਨਾ ਪੜਨ ਲੱਗੇ ਕੋਈ ਮਿਸਟੇਕ ਕਰ ਰਿਹਾ ਇਹ ਚੀਜ਼ ਐਕਿਊਰੇਸੀ ਐਕਿਊਰੇਸੀ ਮਤਲਬ ਵਿਦਆਊਟ 에ਰਰ ਬੱਚਾ ਸਾਡੇ ਕੋਲੇ ਡਾਟਾ ਦੇ ਰਿਹਾ ਠੀਕ ਹੈ ਇਹ ਤੁਹਾਨੂੰ ਲੱਗਦਾ ਵੀ ਪਹਿਲੀ ਤੋਂ 5ਵੀਂ ਕਲਾਸ ਦੇ ਵਿੱਚ ਲੈਂਗੁਏਜ ਨੂੰ ਪੜਾਉਣ ਦੇ ਵਾਸਤੇ ਐਕਿਊਰੇਸੀ ਇੰਪੋਰਟੈਂਟ ਆ ਇੱਕ ਪਾਸੇ ਤਾਂ ਆਪਾਂ ਇਹ ਕਹੀ ਜਾਂਦੇ ਆ ਵੀ ਜਿਹੜਾ ਬੱਚਾ ਹੈ ਉਹ ਗਲਤੀਆਂ ਕਰ ਕਰਕੇ ਸਿੱਖੂਗਾ ਕਹੀ ਜਾਂਦੇ ਆ ਨਾ ਕਿ ਜਿੰਨਾ ਸਮਾਂ ਉਹਨੇ ਗਲਤੀ ਨਹੀਂ ਕਰਨੀ ਜਿੰਨਾ ਸਮਾਂ ਉਹਨੂੰ ਟੀਚਰ ਵਾਰੀ-ਵਾਰੀ ਟੋਕੂਗਾ ਨਹੀਂ ਉਕੂਗਾ ਨਹੀਂ ਉਹ ਸਿੱਖ ਨਹੀਂ ਪਾਊਗਾ ਤੇ ਇੱਥੇ ਅਸੀਂ ਕਹੀ ਜਾਂਦੇ ਆਂ ਵੀ ਪਹਿਲੀ ਤੋਂ ਪੰਜਵੀਂ ਕਲਾਸ ਦਾ ਜਵਾਕ ਡੇਟਾ ਐਕੂਰੇਟ ਕਰਕੇ ਲਿਆਵੇ ਕਿਵੇਂ ਕਰੂਗਾ ਐਕੂਰੇਟ ਗਲਤੀ ਹੋਊਗੀ ਬੱਚੇ ਤੂੰ ਤਾਂ ਐਕੂਰੇਸੀ ਇੱਕ ਕੰਸਰਨ ਨਹੀਂ ਐ ਐਕੂਰੇਸੀ ਕੰਸਰਨ ਨਹੀਂ ਐ ਜਦੋਂ ਅਸੀਂ ਗੱਲ ਕਰਦੇ ਆਂ ਫਰਸਟ ਟੂ ਫਿਫਥ ਗੱਲ ਯਾਦ ਰੱਖਣੀ ਆਂ ਆਪਾਂ ਪ੍ਰਾਇਮਰੀ ਲੈਵਲ ਦੀ ਗੱਲ ਕਰ ਰਹੇ ਆਂ ਆਪਾਂ ਵੱਡੀ ਕਲਾਸ ਦੀ ਗੱਲ ਨਹੀਂ ਕਰ ਰਹੇ ਐਕੂਰੇਸੀ ਅੱਠਵੀਂ ਨੌਵੀਂ 10ਵੀਂ ਚ ਜਾ ਕੇ ਹੁੰਦੀ ਐ ਉਸ ਤੋਂ ਪਹਿਲਾਂ ਤਾਂ ਅਸੀਂ ਬੱਚੇ ਦਾ ਸਿਰਫ ਇੱਕ ਪੁਆਇੰਟ ਆਫ 뷰 ਜਾਨਣਾ ਚਾਹੁੰਦੇ ਆਂ ਇੱਕ ਬੱਚਾ ਆਪਣੇ ਥਾਟਸ ਨੂੰ ਐਕਸਪ੍ਰੈਸ ਕਿਵੇਂ ਕਰ ਰਿਹਾ ਹੈ ਉਹਨੂੰ ਜਾਨਣਾ ਚਾਹੁੰਦੇ ਆ ਅਸੀਂ ਕੱਲ ਇੱਕ ਪੁਆਇੰਟ ਕਰਾਇਆ ਸੀ ਕਿ ਅਸੀਂ ਬੱਚੇ ਦੀ ਫਲੂਐਂਸੀ ਨੂੰ ਦੇਖਦੇ ਆ ਕਿ ਬੱਚਾ ਕਿਸੇ ਚੀਜ਼ ਨੂੰ ਰਿਪਰੈਜ਼ੈਂਟ ਕਿਵੇਂ ਕਰ ਰਿਹਾ ਹੈਗਾ ਤਾਂ ਫਿਰ ਐਕਿਊਰੇਸੀ ਦੀ ਤਾਂ ਕੋ ਗੱਲ ਹੀ ਨਹੀਂ ਹੁਣ ਬਦਲ ਗਏ ਸਾਰੇ ਨੇ ਉੱਤਰ ਬਦਲ ਲਿਆ ਦਵਾ-ਦਵਾ ਪਹਿਲਾਂ ਗਲਤ ਹੋ ਗਿਆ ਦੂਸਰਾ ਗ੍ਰਾਮਰ ਇਜ਼ ਐਨ ਇੰਟੀਗਰਲ ਪਾਰਟ ਆਫ ਦਾ ਪ੍ਰਾਇਮਰੀ ਕਰਿਕੂਲਮ ਬਿਲਕੁਲ ਗ੍ਰਾਮਰ ਇੰਟੀਗਰਲ ਪਾਰਟ ਇੰਟੀਗਰਲ ਮਤਲਬ ਜ਼ਰੂਰੀ ਪਾਰਟ ਜਿਹੜਾ ਸਾਡਾ ਪ੍ਰਾਇਮਰੀ ਕਰਿਕुलम ਹੁੰਦਾ ਪ੍ਰਾਇਮਰੀ ਕਰਿਕुलम ਮਤਲਬ ਜਦੋਂ ਅਸੀਂ ਪ੍ਰਾਇਮਰੀ ਲੈਵਲ ਤੇ ਬੱਚਿਆਂ ਨੂੰ ਅਲੱਗ-ਅਲੱਗ ਤਰੀਕੇ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਕੀ ਕਰਦੇ ਆ ਸਿਖਾਉਣੀ ਆ ਤਾਂ ਆਪਣਾ ਏ ਹੋ ਗਿਆ ਗਲਤ ਤੇ ਬੀ ਹੋ ਗਿਆ ਸਹੀ ਤਾਂ ਆਪਣਾ ਬਣ ਗਿਆ ਜੀ ਅੱਛਾ ਵੈਸੇ ਤੁਸੀਂ ਨਾ ਏ ਇਕੱਲੇ ਗਲਤ ਤੂੰ ਚੁਣ ਸਕਦੇ ਸੀ ਕਿਉਂਕਿ ਏ ਫਾਲਸ ਇੱਥੇ ਵੀ ਨਹੀਂ ਇੱਥੇ ਵੀ ਨਹੀਂ ਇੱਥੇ ਵੀ ਨਹੀਂ ਏ ਫਾਲਸ ਸਿਰਫ ਇਹ ਚ ਪਰ ਮੇਰੇ ਜਿਹਾ ਦਿਮਾਗ ਨਹੀਂ ਲਾਉਣਾ ਤੁਸੀਂ ਆਵਰਾ ਸਟੇਟਮੈਂਟ ਵੀ ਦੇਖਣਾ ਤਾਂ ਏ ਫਾਲਸ ਹੋ ਗਿਆ ਤੇ ਆਰ ਕੀ ਹੋ ਗਿਆ ਟਰੂ ਹੋ ਗਿਆ ਸਹੀ ਹੋ ਗਿਆ ਨਾ ਗ੍ਰਾਮਰ ਅਸੈਂਸ਼ੀਅਲ ਪਾਰਟ ਹੈ ਗ੍ਰਾਮਰ ਤੇ ਧਿਆਨ ਦੇਵਾਂਗੇ ਪ੍ਰਾਇਮਰੀ ਕਰੀਕਲਮ ਦੇ ਵਿੱਚ ਕੁਛ ਨਾ ਕੁਛ ਐਕਟੀਵਿਟੀ ਇਹੋ ਜਿਹੀਆਂ ਕਰਾਵਾਂਗੇ ਕਿ ਬੱਚਾ ਗ੍ਰੈਮੈਟਿਕਲੀ ਇੰਟਰਸਟ ਲਵੇ ਠੀਕ ਹੈ ਚਲੋ ਬੱਚੋ ਅਗਲਾ ਸਵਾਲ ਹੈ ਫ੍ਰੈਟਿਕਲ ਪੋਜੀਸ਼ਨਸ ਐਂਡ ਬੀਲੀਫਸ ਅਬਾਊਟ ਦਾ ਨੇਚਰ ਆਫ ਆ ਲੈਂਗੁਏਜ ਕੁਐਸਚਨ ਪੜਨਾ ਪਹਿਲਾਂ ਧਿਆਨ ਨਾਲ ਪ੍ਰੈਕਟੀਕਲ ਪੋਜੀਸ਼ਨਸ ਐਂਡ ਬਿਲੀਫਸ ਅਬਾਊਟ ਦਾ ਨੇਚਰ ਆਫ ਲੈਂਗੁਏਜ ਦਾ ਨੇਚਰ ਆਫ ਲੈਂਗੁਏਜ ਲਰਨਿੰਗ ਐਂਡ ਦਾ ਅਪਲੀਕੇਬਿਲਿਟੀ ਆਫ ਬੋਥ ਦਾ ਪੈਡਾਗੋ ਉਹ ਹੋ ਹੋ ਕਿੱਡਾ ਕੁਛ ਹੈ ਬੇਸਿਕਲੀ ਮੈਂ ਤੁਹਾਨੂੰ ਇਹਨੂੰ ਛੋਟੇ ਸ਼ਬਦਾਂ ਦੇ ਵਿੱਚ ਦੱਸ ਦਿੰਨੀ ਆ ਕਿ ਇੱਥੇ ਇਹ ਲਿਖਿਆ ਗਿਆ ਹੈ ਕਿ ਜਿਹੜੇ ਲੈਂਗੁਏਜ ਦੇ ਥਿਓਰੈਟੀਕਲ ਬਿਲੀਫਸ ਹੁੰਦੇ ਨੇ ਕਿਸੇ ਵੀ ਭਾਸ਼ਾ ਦਾ ਇੱਕ ਥਿਓਰੈਟੀਕਲ ਬਿਲੀਫ ਆ ਕਿਸੇ ਵੀ ਭਾਸ਼ਾ ਦਾ ਇੱਕ ਸੁਭਾਅ ਥਿਓਰੈਟੀਕਲ ਬਿਲੀਫ ਆ ਠੀਕ ਹੈ ਕਿਸੇ ਵੀ ਪਾਸ਼ਾ ਦੇ ਥਿਓਰੈਟিক্যাল ਬਿਲੀਫ ਨੂੰ ਅਸੀਂ ਕੀ ਕਹਿੰਨੇ ਆ ਪਹਿਲੀ ਗੱਲ ਤਾਂ ਸਿਲੇਬਸ ਨਹੀਂ ਹੋ ਸਕਦਾ ਤੇ ਕੰਟੈਂਟ ਨਹੀਂ ਹੋ ਸਕਦਾ ਦੋ ਚੀਜ਼ਾਂ ਤਾਂ ਬਿਲਕੁਲ ਨਹੀਂ ਹੋ ਸਕਦੀਆਂ ਇਹਦੇ ਵਿੱਚ ਜਾਂ ਤਾਂ ਟੈਕਨੀਕ 'ਚ ਕਨਫਿਊਜ਼ ਹੋਗੇ ਜਾਂ ਅਪਰੋਚ ਦੇ ਵਿੱਚ ਟੈਕਨੀਕ ਤਾਂ ਇਹ ਹੁੰਦੀ ਆ ਵੀ ਕਿਸੇ ਵੀ ਚੀਜ਼ ਨੂੰ ਪੜਾਉਣ ਦਾ ਅਲੱਗ-ਅਲੱਗ ਮੈਥਡ ਕੀ ਆ ਫੋਰ ਐਗਜ਼ਾਮਪਲ ਅਸੀਂ ਗ੍ਰਾਮਰ ਨੂੰ ਪੜਾਉਣ ਦੇ ਅਲੱਗ-ਅਲੱਗ ਟੈਕਨੀਕਸ ਵਰਤਦੇ ਆ ਅਲੱਗ-ਅਲੱਗ ਮੈਥਡਸ ਵਰਤਦੇ ਆ ਤਾਂ ਟੈਕਨੀਕ ਤਾਂ ਹੋ ਨਹੀਂ ਸਕਦਾ ਇੱਕ ਜਦੋਂ ਅਸੀਂ ਭਾਸ਼ਾ ਦੇ ਥਿਓਰੈਟিক্যাল ਬਿਲੀਫ ਦੀ ਗੱਲ ਕਰਦੀਆਂ ਕਿਸੇ ਵੀ ਭਾਸ਼ਾ ਦੇ ਉਹਨੂੰ ਅਸੀਂ ਕੀ ਬੋਲਦੇ ਹਾਂ ਅਪਰੋਚ ਬੋਲਦੇ ਹਾਂ ਉਹਨੂੰ ਅਸੀਂ ਕੀ ਬੋਲਦੇ ਹਾਂ ਅਪਰੋਚ ਬੋਲਦੇ ਹਾਂ ਠੀਕ ਹੈ ਇਹ ਪੁਆਇੰਟ ਜ਼ਰੂਰ ਯਾਦ ਰੱਖਣਾ ਤਾਂ ਕਿਹੜਾ ਆਪਸ਼ਨ ਆ ਗਿਆ ਜੀ ਹਾਂਜੀ ਕਿਹੜਾ ਆਪਸ਼ਨ ਆ ਗਿਆ ਜੀ ਸਾਡਾ ਡੀ ਆਪਸ਼ਨ ਆ ਗਿਆ ਚਲੋ ਜੀ ਫਾਰਮੇਟਿਵ ਏਵੈਲੂਏਸ਼ਨ ਬਹੁਤ ਜ਼ਰੂਰੀ ਸਵਾਲ ਹੈ ਤੁਸੀਂ ਅਕਸਰ ਸੀਡੀਪੀ ਦੇ ਵਿੱਚ ਵੀ ਪੜ੍ਹਦੇ ਹੋ ਫਾਰਮੇਟਿਵ ਏਵੈਲੂਏਸ਼ਨ ਹੋ ਗਿਆ ਸਮੈਟਿਵ ਹੋ ਗਿਆ ਠੀਕ ਹੈ ਫਾਰਮੇਟਿਵ ਏਵੈਲੂਏਸ਼ਨ ਕੀ ਹੁੰਦੀ ਹੈ ਅਸੀਂ ਦੋ ਏਵੈਲੂਏਸ਼ਨ ਬਹੁਤ ਪੜ੍ਹਦੇ ਹਾਂ ਪੈਡਾਗੋਜੀ ਸੈਕਸ਼ਨ ਦੇ ਵਿੱਚ ਇੱਕ ਆਸੀਂ ਫਾਰਮੇਟਿਵ ਏਵੈਲੂਏਸ਼ਨ ਪੜ੍ਹਦੇ ਹਾਂ ਤੇ ਦੂਸਰਾ ਅਸੀਂ ਸਮੈਟਿਵ ਏਵੈਲੂਏਸ਼ਨ ਪੜ੍ਹਦੇ ਹਾਂ ਦੋ ਪੜ੍ਹਦੇ ਹਾਂ ਨਾ ਆਪਾਂ 81 ਫਾਰਮੇਟਿਵ ਪੜ੍ਹਦੇ ਆ ਤੇ ਦੂਸਰੀ ਅਸੀਂ ਕਿਹੜੀ ਪੜ੍ਹਦੇ ਆ ਸਮਮੇਟੇ ਪੜ੍ਹਦੇ ਆ ਹੁਣ ਜਿਹੜੀ ਫਾਰਮੇਟਿਵ ਏਵੈਲੂਏਸ਼ਨ ਹੁੰਦੀ ਹੈ ਇਹ ਕਿਦੇ ਲਈ ਹੁੰਦੀ ਹੈ ਫਾਰ ਦਾ ਇੰਪਰੂਵਮੈਂਟ ਐਂਡ ਫਾਰ ਦਾ ਫੀਡਬੈਕ ਦੇਖ ਲਈਏ ਆਪਾਂ ਜਿਹੜੀ ਫਾਰਮੇਟਿਵ ਏਵੈਲੂਏਸ਼ਨ ਹੈ ਇਹ ਕਾਦੇ ਵਾਸਤੇ ਹੁੰਦੀ ਹੈ ਫਾਰ ਦਾ ਇੰਪਰੂਵਮੈਂਟ ਕਿ ਅਸੀਂ ਬੱਚੇ ਨੂੰ ਇੰਪਰੂਵ ਕਰੀਏ ਸਮੇਂ-ਸਮੇਂ ਤੇ ਜੜੀਆਂ ਬੱਚਾ ਗਲਤੀਆਂ ਕਰ ਰਿਹਾ ਉਹਨੂੰ ਦੇਖੀਏ ਤੇ ਨਾਲ-ਨਾਲ ਬੱਚੇ ਦੀ ਫੀਡਬੈਕ ਵੀ ਦੇਖੀਏ ਠੀਕ ਹੈ ਫੀਡਬੈਕ ਵੀ ਸਮਮੇਟਿਵ ਫਾਰਮੇਟਿਵ ਏਵੈਲੂਏਸ਼ਨ ਹੀ ਹੁੰਦੀ ਹੈ ਪਰ ਜਿਹੜੀ ਫਾਰਮੇਟਿਵ ਏਵੈਲੂਏਸ਼ਨ ਹੈ ਇਹ ਡਿਊਰਿੰਗ ਕੋਰਸ ਹੁੰਦੀ ਹੈ ਡਿਊਰਿੰਗ ਕੋਰਸ ਮਤਲਬ ਜਦੋਂ ਬੱਚਾ ਕਲਾਸ ਦੇ ਵਿੱਚ ਪੜ ਰਿਹਾ ਹੈ ਫੋਰ ਐਗਜ਼ਾਮਪਲ ਕੋਈ ਬੱਚਾ 7ਵੀਂ ਕਲਾਸ ਦੇ ਵਿੱਚ ਪੜ ਰਿਹਾ ਹੈ ਤਾਂ 7ਵੀਂ ਕਲਾਸ ਦੇ ਵਿੱਚ ਟੀਚਰ ਉਹਦਾ ਡੇਲੀ ਵੀ ਕਈ ਵਾਰੀ ਟੈਸਟ ਲੈ ਲੈਂਦਾ ਜਾਂ ਟੀਚਰ ਉਹਨੂੰ ਕਈ ਵਾਰੀ ਖੜੇ ਕਰਕੇ ਪੁੱਛ ਲੈਂਦਾ ਵੀ ਮੈਨੂੰ ਆਸਕ ਕੁਐਸਚਨ ਦਾ ਆਨਸਰ ਦੇ ਇਹਦਾ ਮਤਲਬ ਉਹਦੀ ਏਵੈਲੂਏਸ਼ਨ ਤਾਂ ਹੋ ਰਹੀ ਹੈ ਉਹਦਾ ਮੁਲਾਂਕਣ ਤਾਂ ਹੋ ਰਿਹਾ ਹੈ ਪਰ ਉਹ ਡਿਊਰਿੰਗ ਕੋਰਸ ਹੋ ਰਿਹਾ ਔਰ ਕਾਦੇ ਲਈ ਹੋ ਰਿਹਾ ਇੰਪਰੂਵਮੈਂਟ ਵਾਸਤੇ ਟੀਚਰ ਉਹਨੂੰ ਸਿਖਾਉਣੀ ਚਾਹੀ ਰਹੀ ਹੈ ਟੀਚਰ ਉਹਨੂੰ ਉਸ ਕਨਸੈਪਟ ਨੂੰ ਕੀ ਕਰ ਰਹੀ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਕੀ ਕਰ ਰਹੀ ਹੈ ਸਿਖਾ ਰਹੀ ਹੈ ਤਾਂ ਇਹ ਬੱਚੋ ਕਿਹੜੀ ਹੋਗੀ ਫਾਰਮੇਟਿਵ ਹੋਗੀ ਦੂਸਰੀ ਸਮਮੇਟਿਵ ਕਿਹੜੀ ਹੁੰਦੀ ਹੈ ਸਮਮੇਟਿਵ ਐਟ ਦਾ ਐਂਡ ਜਿਹੜੇ ਸਾਡੇ ਫਾਈਨਲ ਪੇਪਰ ਹੁੰਦੇ ਨੇ ਠੀਕ ਹੈ ਜੀ ਜਿਹੜੀ ਤਾਂ ਫਾਰਮੇਟਿਵ ਹੈ ਇਹ ਤਾਂ ਡਿਊਰਿੰਗ ਕੋਰਸ ਹੈ ਡਿਊਰਿੰਗ ਟੀਚਿੰਗ ਲਰਨਿੰਗ ਪ੍ਰੋਸੈਸ ਹੈ ਤੇ ਜਿਹੜੀ ਸਾਡੀ ਸਮੈਟਿਵ ਹੈ ਇਹ ਕੀ ਹੋਊਗੀ ਇਹ ਐਂਡ ਤੇ ਹੋਊਗੀ ਐਂਡ ਤੇ ਜਦੋਂ ਅਸੀਂ ਬੱਚੇ ਦੀ ਜਜਮੈਂਟ ਕਰਨੀ ਹੈ ਕਿ ਬੱਚੇ ਨੇ ਪੂਰੇ ਸਾਲ ਦੇ ਵਿੱਚ ਕੀ ਸਿੱਖਿਆ ਔਰ ਕੀ ਬੱਚਾ ਕਾਬਲ ਹੈ ਕਿ ਉਹ 7ਵੀਂ ਕਲਾਸ ਤੋਂ 8ਵੀਂ ਕਲਾਸ ਦੇ ਵਿੱਚ ਸ਼ਿਫਟ ਹੋ ਜੇ ਇਹਨੂੰ ਅਸੀਂ ਕਿਹੜੀ ਬੋਲਦੇ ਆ ਸਮੈਟਿਵ ਸੋ ਡਿਊਰਿੰਗ ਕੋਰਸ ਡਿਊਰਿੰਗ ਲਰਨਿੰਗ ਐਂਡ ਟੀਚਿੰਗ ਪ੍ਰੋਸੈਸ ਕੀ ਹੋਊਗੀ ਫਾਰਮੇਟਿਵ

ਇੰਪਰੂਵਮੈਂਟ ਤਾਂ ਮੈਂ ਹੁਣੇ ਦੱਸ ਕੇ ਹੱਟੀ ਤੁਹਾਨੂੰ ਵੀ ਆਨ ਗoing ਡਵੈਲਪਮੈਂਟ ਕਿਸ ਤਰੀਕੇ ਦੀ ਐ ਬੱਚਾ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਇੰਪਰੂਵ ਕਰ ਰਿਹਾ ਹੈ ਬੱਚੇ ਦੀਆਂ ਕਨਸੈਪਟ ਨੂੰ ਇੰਪਰੂਵ ਕਰਨ ਵਾਸਤੇ ਜੜੀ ਹੁੰਦੀ ਐ ਉਹ ਕਿਹੜੀ ਹੁੰਦੀ ਐ ਫਾਰਮੇਟਿਵ ਹੁੰਦੀ ਹੈ ਤਾਂ ਕਾਫੀ ਬੱਚਾ ਨੇ ਸਹੀ ਆਨਸਰ ਦਿੱਤਾ ਆਪਣੇ ਸਵਾਲ ਦਾ ਆਨਸਰ ਕੀ ਆ ਜੁਸੀ ਇੱਕ ਵਾਰੀ ਡੀ ਵੀ ਦੇਖ ਲਈਏ ਕੈਰੀਡ ਆਊਟ ਐਟ ਅ ਪ੍ਰੀ ਸਪੈਸੀਫਾਈਡ অর ਪਾਰਟਿਕੂਲਰ ਸਟੇਜ ਔਨ ਦਾ ਕੋਰਸ ਪ੍ਰੀ ਸੈਟੀਸਫਾਈਡ ਪ੍ਰੀ ਸਪੈਸੀਫਾਈਡ ਨਹੀਂ ਹੁੰਦਾ ਮਤਲਬ ਇਹ ਅਸਲ ਦੇ ਵਿੱਚ ਡਿਊਰਿੰਗ ਦਾ ਕੋਰਸ ਹੁੰਦਾ ਡਿਊਰਿੰਗ ਦਾ ਟੀਚਿੰਗ ਲਰਨਿੰਗ ਪ੍ਰੋਸੈਸ ਹੁੰਦਾ ਕਲੀਅਰ ਹੋਇਆ ਨਾ ਬਿਲਕੁਲ ਬਿਲਕੁਲ ਆਨ ਗoing ਡਵੈਲਪਮੈਂਟ ਐਂਡ ਇੰਪਰੂਵਮੈਂਟ ਡਿਊਰਿੰਗ ਸਮੈਟਿਵ ਐਂਡ ਬਿਲਕੁਲ ਫਾਰਮੇਟਿਵ ਡਿਊਰਿੰਗ ਹੁੰਦੀ ਹੈ ਤੇ ਸਮੈਟਿਵ ਐਂਡ ਤੇ ਹੁੰਦੀ ਹੈ ਕਾਫੀ ਬੱਚੇ ਸਹੀ ਆਨਸਰ ਲਾ ਕੇ ਗਏ ਨੇ ਲਾਈਕ ਸ਼ੇਅਰ ਕਰ ਦਿਓ ਜੀ ਜਿਹੜੇ ਬੱਚਾ ਨੇ ਲਾਈਕ ਨਹੀਂ ਕਰੀ ਵੀਡੀਓ ਲਾਈਕ ਲੋਇਕ ਕਰ ਦਿਆ ਕਰੋ ਭਾਈ ਚੂਸ ਦਾ ਸਟ੍ਰੈਟੇਜੀ ਥੈਟ ਮੈਚਸ ਦਾ ਐਗਜ਼ੈਂਪਲ ਧਿਆਨ ਨਾਲ ਪੜ੍ਹਨਾ ਹੈ ਕੁਐਸਚਨ ਰਾਜਸਥਾਨ ਦੇ ਟੈਟ ਦੇ ਵਿੱਚ ਬਹੁਤ ਵਾਰੀ ਆਇਆ ਹੋਇਆ ਹੈ ਸੀ ਟੈਟ ਦੇ ਵਿੱਚ ਬਹੁਤ ਵਾਰੀ ਆਇਆ ਹੋਇਆ ਹੈ ਕਵਸਨ ਇੰਪੋਰਟੈਂਟ ਚੂਸ ਦਾ ਸਟ੍ਰੈਟਜੀ ਥੈਟ ਮੈਚਸ ਦਾ ਐਗਜ਼ਾਮਪਲ ਐਗਜ਼ਾਮਪਲ ਕੀ ਹੈ ਆਈ ਫੋਕਸ ਔਨ ਦਾ ਲੈਂਗੁਏਜ ਆਈ ਯੂਜ਼ ਟੂ ਮੇਕ ਸ਼ੋਰ ਇਟਸ ਕਰੈਕਟ ਤੁਸੀਂ ਦੇਖਿਆ ਹੋਣਾ ਕਈ ਵਾਰੀ ਕਿ ਕਈ ਵਾਰੀ ਆਪਾਂ ਪੜਾਉਂਦੇ ਜਾਂ ਤੁਸੀਂ ਕਈ ਵਾਰੀ ਪੜ੍ਹਦੇ ਇਸੇ ਸ਼ਬਦ ਨੂੰ ਜਾਣਦੇ ਹੋਏ ਵੀ ਇੱਕ ਫਲੋ ਦੇ ਵਿੱਚ ਗਲਤ ਕਹਿ ਲੈਨੇ ਹੋ ਮਤਲਬ ਕੋਈ ਸ਼ਬਦ ਤੁਸੀਂ ਆਲਰੇਡੀ ਜਾਣਦੇ ਹੁੰਦੇ ਹੋ ਬਟ ਤੁਹਾਡਾ ਧਿਆਨ ਨਹੀਂ ਹੁੰਦਾ ਜਾਂ ਇੱਕ ਫਲੋ ਇਹੋ ਜਿਹਾ ਹੁੰਦਾ ਤੁਸੀਂ ਉਹਨੂੰ ਕੀ ਬੋਲ ਦਿੰਨੇ ਹੋ ਗਲਤ ਤੇ ਉਹਦੇ ਨਾਲ ਦੀ ਨਾਲ ਹੀ ਤੁਸੀਂ ਉਹਨੂੰ ਸਹੀ ਵੀ ਕਰ ਲੈਨੇ ਹੋ ਇਹੀ ਚੀਜ਼ ਇੱਥੇ ਲਿਖੀ ਆ ਆਈ ਫੋਕਸ ਔਨ ਦਾ ਲੈਂਗੁਏਜ ਮੈਂ ਲੈਂਗੁਏਜ ਤੇ ਫੋਕਸ ਕਰ ਰਿਹਾ ਮਤਲਬ ਮੈਂ ਭਾਸ਼ਾ ਬੋਲ ਰਿਹਾ ਆਈ ਯੂਜ਼ ਟੂ ਮੇਕ ਸ਼ੋਰ ਇਟ ਇਜ਼ ਕਰੈਕਟ ਤੇ ਮੈਂ ਨਾਲ ਦੀ ਨਾਲ ਜੇ ਕੋਈ ਗਲਤੀ ਹੁੰਦੀ ਆ ਆਈ ਆਈ ਡੂ ਕਿ ਮੈਂ ਭਾਈ ਇਸ ਗਲਤੀ ਨੂੰ ਕੀ ਕਰਾਂ ਸਹੀ ਕਰਾਂ ਠੀਕ ਹੈ ਤਾਂ ਇਹਨੂੰ ਅਸੀਂ ਕੀ ਬੋਲਦੇ ਹਾਂ ਟਰਾਂਸਲੈਂਗੂਲਿਜ਼ਮ ਬੋਲਦੇ ਹਾਂ ਜਾਂ ਮੈਮੋਰਾਇਜ਼ਿੰਗ ਬੋਲਦੇ ਹਾਂ ਜਾਂ ਰਿਵਾਈਜ਼ਿੰਗ ਬੋਲਦੇ ਹਾਂ ਜਾਂ ਸੈਲਫ ਮੋਨਿਟਰਿੰਗ ਬੋਲਦੇ ਹਾਂ ਤਾਂ ਇਹਨੂੰ ਅਸੀਂ ਕੀ ਬੋਲਦੇ ਹਾਂ ਇਹਨੂੰ ਅਸੀਂ ਪਹਿਲਾਂ ਤਾਂ ਟਰਾਂਸਲੈਂਗੂਲਿਜ਼ਮ ਦਾ ਮਤਲਬ ਕੀ ਹੁੰਦਾ ਹੈਗਾ ਜਦੋਂ ਅਸੀਂ ਮਲਟੀਪਲ ਲੈਂਗੁਏਜਸ ਨੂੰ ਯੂਜ਼ ਕਰਦੇ ਹਾਂ ਠੀਕ ਹੈ ਮੈਮੋਰਾਇਜ਼ਿੰਗ ਦਾ ਮਤਲਬ ਯਾਦ ਕਰਨਾ ਹੁੰਦਾ ਮੈਮੋਰਾਇਜ਼ਿੰਗ ਦਾ ਤਾਂ ਇੱਥੇ ਕੋਈ ਕਨਸੈਪਟ ਹੀ ਨਹੀਂ ਹੈਗਾ ਰਿਵਾਈਜ਼ ਨੂੰ ਚੀਜ਼ ਨੂੰ ਰਿਵਾਈਜ਼ ਕਰਨਾ ਕਿ ਰਿਵਾਈਜ਼ ਕਰਕੇ ਮੈਂ ਉਹਨੂੰ ਕਰੈਕਟ ਕਰੂੰਗੀ ਦੈਨ ਇਟ ਇਜ਼ ਕਾਲਡ ਸੈਲਫ ਮੋਨੀਟਰਿੰਗ ਮੈਂ ਆਪ ਦੇ ਆਪ ਨੂੰ ਮੋਨੀਟਰ ਕਰ ਰਹੀ ਆ ਕਿ ਮੇਰੇ ਤੋਂ ਕੁਝ ਗਲਤ ਹੋ ਗਿਆ ਕਈ ਵਾਰੀ ਤੁਸੀਂ ਬੋਲਦੇ ਹੋ ਨਾ ਤਾਂ ਤੁਹਾਨੂੰ ਲੱਗਦਾਗਾ ਕਿ ਮਤਲਬ ਵੀ ਪੜਾਉਂਦੇ ਪੜਾਉਂਦੇ ਕਈ ਵਾਰੀ ਨਾ ਮੈਂ ਫੋਰ ਐਗਜ਼ਾਮਪਲ ਮੈਂ ਕਲਾਸ ਦੇ ਵਿੱਚ ਪੜਾ ਰਹੀ ਹਾਂ ਤੇ ਕਈ ਵਾਰੀ ਮੈਨੂੰ ਨਾ ਸਾਰਾ ਦਿਨ ਅਟਕ ਰਿਹਾ ਹੁੰਦਾ ਵੀ ਅੱਜ ਕਿਸੇ ਕਲਾਸ ਦੇ ਵਿੱਚ ਕਿਸੇ ਬੈਚ ਦੇ ਵਿੱਚ ਕੋਈ ਗੱਲ ਨਾ ਬੱਚੇ ਨੂੰ ਉਲਟੀ ਕਹੀ ਗਈ ਜਾਂ ਕੋਈ ਗੱਲ ਗਲਤ ਦੱਸੀ ਗਈ ਕਈ ਵਾਰ ਕੋਈ ਡੇਟਾ ਹੁੰਦਾ ਕਈ ਵਾਰ ਕੋਈ ਡੇਟ ਹੁੰਦੀ ਹੈ ਸਾਡੇ ਵੀ ਐਗਜ਼ੈਕਟ ਨਹੀਂ ਯਾਦ ਹੁੰਦੀ ਹਨ ਉੱਥੇ ਰਾਸੀ ਸੋਚਦੇ ਆ ਇਹ ਕੀ ਹੈ ਇਹ ਸੈਲਫ ਮੋਨੀਟਰਿੰਗ ਹੈ ਆਪਦੇ ਆਪ ਨੂੰ ਮੋਨੀਟਰ ਕਰਨਾ ਔਰ ਮੇਕ ਸ਼ੋਰ ਕਿ ਉਹ ਕਰੈਕਟ ਹੋਵੇ ਫਿਰ ਮੈਂ ਦੂਜੇ ਦਿਨ ਕਲਾਸ ਦੇ ਵਿੱਚ ਜਾ ਕੇ ਪਹਿਲਾਂ ਉਹ ਗੱਲ ਦੱਸਦੀ ਹਾਂ ਵੀ ਕੱਲ ਇਹ ਗੱਲ ਹੋਗੀ ਇਹਨੂੰ ਸਹੀ ਕਰ ਲਿਓ ਦਸ ਇਸ ਕਾਲਡ ਸੈਲਫ ਮੋਨੀਟਰਿੰਗ ਯਾਦ ਰਹੂਗਾ ਨਾ ਸਾਰੇ ਬੱਚਿਆਂ ਨੂੰ ਠੀਕ ਹੈ ਵੈਰੀ ਗੁੱਡ ਹਾਂ ਆਪਦੇ ਆਪ ਨੂੰ ਜਜ ਕਰਨਾ ਬਿਲਕੁਲ ਬਿਲਕੁਲ ਰਾਹੁਲ ਕੁਮਾਰ ਸ਼ੁਕਰੀਆ ਰਾਹੁਲ ਜੀ ਸ਼ੁਕਰੀਆ ਪੜ੍ਹਨਾ ਤੁਸੀਂ ਸਾਰੇ ਬੱਚਿਆਂ ਠੀਕ ਹੈ ਪੜਨ ਤੇ ਪੂਰਾ ਕਨਸਨਟ੍ਰੇਸ਼ਨ ਰੱਖਣਾ ਸਾਰੇ ਬੱਚਾ ਨੇ ਠੀਕ ਹੈ ਕਿਸੇ ਵੀ ਚੀਜ਼ ਦੀ ਕੋਈ ਟੈਨਸ਼ਨ ਨਹੀਂ ਲੈਣੀ ਹੈਗੀ ਅੱਜ ਮੈਨੂੰ ਤਿੰਨ ਚਾਰ ਵਿਚਾਰੀਆਂ ਕੁੜੀਆਂ ਦਾ ਫੋਨ ਆਇਆ ਤੇ ਮੈਨੂੰ ਬੜਾ ਮਹਿਸੂਸ ਹੋ ਰਿਹਾ ਉਦੋਂ ਦਾ ਯਾਰ ਕਈ ਵਾਰ ਐਸੀ ਕਿੰਨੀਆਂ ਮਜਬੂਰੀਆਂ ਦੇ ਵਿੱਚ ਹੁੰਨੇ ਆ ਕੁਝ ਰਿਹਾ ਕਰੋ ਕੁਝ ਨਹੀਂ ਹੁੰਦਾ ਲਾਈਫ ਚਲਦੀ ਰਹਿਣੀ ਹੈ ਚਲੋ ਜੀ ਸਵਾਲ ਪੜੋ ਸੋਹਣਾ ਸਵਾਲ ਹੈ ਸਟੂਡੈਂਟ ਇਨ ਕਲਾਸ ਸੈਕੰਡ ਆ ਯਾਦ ਰੱਖਣਾ ਵੀ ਕਿਹੜੀ ਕਲਾਸ ਵਾਲੇ ਬੱਚੇ ਦੀ ਗੱਲ ਹੋ ਰਹੀ ਹੈ ਕਈ ਥੀਰੀਜ਼ ਨੇ ਜਿਹੜੀਆਂ ਉਹ ਸੈਕੰਡ ਫਸਟ 5th 8th 10th ਕਲਾਸ ਵਾਲੇ ਤੇ ਵੱਖਰੀਆਂ ਵੱਖਰੀਆਂ ਚੱਲਦੀਆਂ ਨੇ ਦੂਜੀ ਕਲਾਸ ਦਾ ਜਵਾਕ ਇੱਕ Song ਗਾ ਰਿਹਾ ਲੈ ਆ ਤਾਂ ਅਸੀਂ ਬਹੁਤ ਵਾਰੀ ਸੁਣਿਆ ਹੈਡ ਐਂਡ ਸ਼ੋਲਡਰ ਨੀਜ਼ ਐਂਡ ਟੋਜ਼ ਹਨ ਜਿਵੇਂ ਬੱਚਾ ਐਕਸ਼ਨ ਕਰ ਰਿਹਾ ਹੈਡ ਐਂਡ ਸ਼ੋਲਡਰ ਨੀਜ਼ ਐਂਡ ਟੋਜ਼ ਹੈਡ ਐਂਡ ਸ਼ੋਲਡਰ ਨੀਜ਼ ਐਂਡ ਟੋਜ਼ ਕਰ ਰਹੇ ਨਾ ਨੀਜ਼ ਟੋਜ਼ ਮੇਰੇ ਦਿਖ ਨਹੀਂ ਰਹੇ ਹੁਣ ਮੈਂ ਦਿਖਾ ਵੀ ਨਹੀਂ ਸਕਦੀ ਹਨ ਆਇਂ ਕਰਕੇ ਲੱਤ ਚਲੋ ਕਹਿੰਦੇ ਵੀ ਇੱਕ ਕੋਈ ਨਾ ਕੋਈ ਸਿੰਗਾ ਸੌਂਗ ਮਤਲਬ ਕੋਈ ਐਕਸ਼ਨ ਕਰਕੇ ਸੌਂਗ ਕਰ ਰਿਹਾ ਫਿਜ਼ਿਕਲੀ ਕੱਲ ਇੱਕ ਕੁਐਸਚਨ ਕਰਿਆ ਸੀ ਇਹਦੇ ਵਰਗਾ ਕਿਹੜਾ ਕੁਐਸਚਨ ਕਰਿਆ ਸੀ ਇਹਦੇ ਵਰਗਾ ਜਿਹੜਾ ਕੁਐਸਚਨ ਕਰਿਆ ਸੀ ਤੁਹਾਨੂੰ ਆਉਂਦਾ ਇਹਦਾ ਜਵਾਬ ਲੈ ਫਿਰ ਆ ਗਿਆ ਜਵਾਬ ਹਾਂਜੀ ਕਮਲਜੀਤ ਪਵਨ ਬੇਅੰਤ ਸਰਬਜੀਤ ਲੈ ਸਾਗੇ ਜੀ ਸਾਗੇ ਜੀ ਸਾਗੇ ਚਲੋ ਜੀ ਸੋ ਇਹ ਹੈ ਜੀ ਸਾਡਾ ਟੋਟਲ ਫਿਜ਼ੀਕਲ ਰਿਸਪੌਂਸ ਜਦੋਂ ਬੱਚਾ ਫਿਜ਼ੀਕਲੀ ਇਨਵੋਲਡ ਹੁੰਦਾ ਜਦੋਂ ਬੰਦਾ ਐਕਸ਼ਨ ਕਰਦਾ ਕੱਲ ਵੀ ਅਸੀਂ ਇੱਕ ਐਕਸ਼ਨ ਕਰਿਆ ਸੀ ਮਸ਼ਲੀ ਜਲ ਕੀ ਰਾਣੀ ਹੈ ਕਰਿਆ ਸੀ ਨਾ ਜੌਨੀ ਜੌਨੀ ਯੈਸ ਪਾਪਾ ਈਟਿੰਗ 슈ਗਰ نو ਪਾਪਾ ਠੀਕ ਹੈ ਸੋ ਇਹ ਕੀ ਹੈ ਟੋਟਲ ਫਿਜ਼ੀਕਲ ਰਿਸਪੌਂਸ ਹੈ ਬੱਚਾ ਫਿਜ਼ੀਕਲੀ ਇਨਵੋਲਡ ਹੈ ਕਿਸੇ ਪ੍ਰੋਸੈਸ ਦੇ ਵਿੱਚ ਠੀਕ ਹੈ ਜੀ ਵਿਚ ਮੈਥਡ ਇਜ਼ ਦ ਟੀਚਰ ਯੂজিং ਟੂ ਟੀਚ देम ਇਟਸ ਟੋਟਲ ਫਿਜ਼ੀਕਲ ਰਿਸਪੌਂਸ ਦੈਟ ਇਜ਼ ਟਪੀਆਰ ਹੁਣ ਦੇਖੋ ਇਹਦਾ ਆਨਸਰ ਆ ਗਿਆ ਡੀ ਆ ਕੀ ਹੁੰਦਾ ਇਕਲੈਕਟਿਕ ਕੀ ਹੁੰਦਾ ਹੈ ਕਈ ਵਾਰ ਇਲੈਕਟਿਕ ਦਾ ਇਕਲੈਕਟਿਕ ਦਾ ਵੀ ਕੁਐਸਚਨ ਆ ਜਾਂਦਾ ਹੈ ਮਿਕਸ ਐਂਡ ਮੈਚ ਆਫ ਮਲਟੀਪਲ ਅਪਰੋਚਸ ਮਿਕਸ ਐਂਡ ਮੈਚ ਆਫ ਮਲਟੀਪਲ ਅਪਰੋਚਸ ਮਿਕਸ ਐਂਡ ਮੈਚ ਆਫ ਮਲਟੀਪਲ ਅਪਰੋਚਸ ਜਦੋਂ ਅਸੀਂ ਇੱਕ ਤੋਂ ਜ਼ਿਆਦਾ ਅਪਰੋਚਸ ਨੂੰ ਮਿਕਸ ਕਰਕੇ ਕਲਾਸ ਦੇ ਵਿੱਚ ਪੜਾਉਨੇ ਆ ਟੀਚਰ ਹਰ ਤੰਤਰਾ ਪੈਂਤਰਾ ਵਰਤਦਾ ਕਲਾਸ ਦੇ ਵਿੱਚ ਹਰ ਤਰੀਕੇ ਦੀ ਅਪਰੋਚ ਨੂੰ ਫੋਲੋ ਕਰਦਾ ਜਿਵੇਂ ਅਸੀਂ ਦੇਖਿਆ ਕਿ ਕਈ ਲਰਨਰ ਆਡੀਓ ਜਿਹੜੇ ਹੁੰਦੇ ਨੇ ਲਰਨਰ ਮਤਲਬ ਸੁਣ ਕੇ ਸਿੱਖਦੇ ਨੇ ਟੀਚਰ ਉਹਨਾਂ ਨੂੰ ਸੁਣਾ ਕੇ ਸਿਖਾਉਂਦਾ ਹੈ ਕਈ ਵਿਜ਼ੂਅਲ ਲਰਨਰਸ ਹੁੰਦੇ ਨੇ ਜਿਹੜੇ ਦੇਖ ਕੇ ਸਿੱਖਦੇ ਨੇ ਟੀਚਰ ਉਹਦੇ ਵਾਸਤੇ ਬੋਰਡ ਤੇ ਲਿਖਦਾ ਕਈ ਆਡੀਓ ਵਿਜ਼ਨ ਹੁੰਦੇ ਨੇ ਅਡ ਅਡ ਪੈਂਤਰੇ ਪਣਾ ਰਿਹਾ ਟੀਚਰ ਇਟ ਮੀਨਸ ਇਕਲੈਕਟਿਕ मिक्स एंड मैच ऑफ मल्टीपल अप्रोचेस भूलਦੇ ਤਾਂ ਨਹੀਂ ਅਗਲਾ ਪੁਆਇੰਟ ਆਡੀਓ ਲਿੰਗਵਲ ਦਾ ਮਤਲਬ ਤਾਂ ਤੁਹਾਨੂੰ ਪਤਾ ਹੀ ਹੈ ਠੀਕ ਹੈ ਇਹ ਚ ਇੱਕ ਇੰਪੋਰਟੈਂਟ ਚੀਜ਼ ਲਿਖੀ ਹੋਈ ਹੈ ਸੀਐਲਟੀ ਕਮਿਊਨੀਕੇਸ਼ਨ ਲੈਂਗੁਏਜ ਟੀਚਿੰਗ ਸੀਐਲਟੀ ਦਾ ਕੀ ਮਤਲਬ ਹੁੰਦਾ ਹੈ ਇਹਦਾ ਵੀ ਸਵਾਲ ਪੇਪਰ ਚ ਪੁੱਛਿਆ ਗਿਆ ਚੁੱਕਿਆ ਸਾਡੇ ਸੀਐਲਟੀ ਦਾ ਮਤਲਬ ਕੀ ਹੁੰਦਾ ਹੈਗਾ ਕਿ ਅਸੀਂ ਭਾਸ਼ਾ ਨੂੰ ਯੂਜ਼ ਕਰਕੇ ਸਿੱਖਦੇ ਹਾਂ ਜਦੋਂ ਇਹਨੂੰ ਧਿਆਨ ਨਾਲ ਦੇਖਣਾ ਹੈ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਦਾ ਮਤਲਬ ਕੀ ਹੁੰਦਾ ਹੈ ਭਾਸ਼ਾ ਨੂੰ ਯੂਜ਼ ਕਰਕੇ ਸਿੱਖਣਾ ਬਹੁਤ ਇੰਪੋਰਟੈਂਟ ਹੈ ਈਵਨ ਕੇ ਸਭ ਤੋਂ ਫੈਕਟਿਵ ਅਪਰੋਚ ਹੈ ਜਦੋਂ ਅਸੀਂ ਭਾਸ਼ਾ ਨੂੰ ਮਤਲਬ ਜਿੰਨਾ ਅਸੀਂ ਉਹਨੂੰ ਬੋਲਾਂਗੇ ਜਿੰਨਾ ਅਸੀਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ ਜਦੋਂ ਤੁਸੀਂ ਇੰਗਲਿਸ਼ ਸਿੱਖਣ ਜਾਂਦੇ ਹੋ ਤੁਹਾਨੂੰ ਸਭ ਤੋਂ ਪਹਿਲਾਂ ਕੀ ਕਿਹਾ ਜਾਂਦਾ ਹੈ ਕਿ ਭਾਈ ਤੁਹਾਡੇ ਨਾਲ ਜਿਹੜਾ ਬੰਦਾ ਅੰਗਰੇਜ਼ੀ ਚ ਗੱਲਬਾਤ ਕਰ ਸਕਦਾ ਉਹਦੇ ਨਾਲ ਅੰਗਰੇਜ਼ੀ ਚ ਗੱਲਬਾਤ ਕਰੋ ਲਰਨ ਬਾਈ ਡੂਇੰਗ ਦਿਸ ਇਜ਼ ਸੀ ਐਲਟੀ ਯਾਦ ਰੱਖਣਾ ਹੈ ਭੁੱਲਣਾ ਨਹੀਂ ਆਨਸਰ ਕੀ ਆਣਾ ਆਪਣਾ ਟੀ ਆਨਸਰ ਆਣਾ ਇਹ ਇਹ ਵੀ ਨਹੀਂ ਭੁੱਲਣਾ ਲਾਈਕ ਸ਼ੇਅਰ ਕਰ ਦਿਓ ਜੀ ਸਾਸ਼ਨ ਨੂੰ ਜ਼ਰੂਰ ਲਾਈਕ ਸ਼ੇਅਰ ਕਰਨਾ ਸਾਰੇ ਬੱਚਾ ਨੇ ਠੀਕ ਹੈ ਚਲੋ ਜੀ ਕੌਣ ਬੱਚਾ ਕੀ ਕਹਿੰਦਾ ਸੰਦੀਪ ਕਹਿੰਦੀ ਵੀ ਅੱਛਾ ਸਾਡੇ ਵੀ ਉਹੀ ਕੰਮ ਹੋ ਰਿਹਾ ਛੋਟੇ ਬੱਚਾ ਵਾਂਗ ਪੜਾਉਣਾ ਹਾਂ 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 ਬਿਲਕੁਲ 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 ਟੋਟਲ ਫਿਜ਼ੀਕਲ ਰਿਸਪਾਂਸ ਠੀਕ ਹੈ ਕਾਦੀ ਕੁਆਲਿਟੀ ਨਹੀਂ ਗੁੱਡ ਹੈਗੀ ਸਕਰੀਨ ਦੀ ਕੁਆਲਿਟੀ ਨਹੀਂ ਗੁੱਡ ਹੈਗੀ ਵਧੀਆ ਤਾਂ ਲਿਖਿਆ ਯਾਰ ਹਨਾ ਵਧੀਆ ਲਿਖਿਆ ਨਾ ਚਲੋ ਅਗਲੇ ਪੁਆਇੰਟ ਤੇ ਚੱਲਦੇ ਹਾਂ ਇਹਨੂੰ ਆਪਾਂ ਕਾਲੀ ਕਰਾਂਗੇ ਕੱਲ ਨੂੰ ਸਕਰੀਨ ਨੂੰ ਕਾਲੀ ਸਕਰੀਨ ਤੇ ਵੱਧ ਦਿਖਦਾ ਚਲੋ ਜੀ ਸਟੂਡੈਂਟ ਵਰਕ ਇਨ ਗਰਪ ਸਟੂਡੈਂਟ ਗਰਪ ਵਿੱਚ ਬੈਠੇ ਨੇ ਟੂ ਅਨਸਰ 5 ਕੁਐਸ਼ਨਸ ਅਬਾਊਟ ਟੂ ਵੋਕੈਬਲਰੀ ਫਰੋਮ ਦਾ ਪ੍ਰੀਵੀਅਸ ਯੂਨਿਟ ਮਤਲਬ ਵੋਕੈਬਲਰੀ ਵੋਕੈਬਲਰੀ ਬਾਰੇ ਇੱਕ ਦੂਜੇ ਨਾਲ ਡਿਸਕਸ਼ਨ ਕਰਨ ਵਾਸਤੇ ਗਰਪ ਵਿੱਚ ਬੈਠੇ ਹੋਏ ਨੇ ਦੈਨ ਦੇ ਐਕਸਚੇਂਜ ਕੁਐਸ਼ਨਸ ਵਿਦ ਅਨਦਰ ਗਰਪ ਐਂਡ ਟ੍ਰਾਈ ਟੂ ਅਨਸਰ ਦਾ ਕੁਐਸ਼ਨ ਜਿਵੇਂ ਆਪਣੀ ਕਲਾਸ ਦੇ ਵਿੱਚ ਮੈਡਮ ਗਰਪ ਬਣਾ ਕੇ ਇੱਕ ਗੇਮ ਖੜਾਉਂਦੀ ਹੁੰਦੀ ਸੀ ਵਰਡਸ ਬਾਰੇ ਹਣਾ ਜਿਵੇਂ ਇੱਕ ਗਰੁੱਪ ਬਣਾਤਾ ਪੰਜ ਬੱਚਿਆਂ ਦਾ ਇੱਕ ਦੂਸਰਾ ਪੰਜ ਬੱਚਿਆਂ ਦਾ ਤਿੰਨ ਇੱਕ ਆ ਗਰੁੱਪ ਆ ਇੱਕ ਆ ਗਰੁੱਪ ਆ ਇੱਕ ਆ ਗਰੁੱਪ ਆ ਕਾਗਰੂਪਾ ਪੰਜ ਗਰੁੱਪ ਬੈਠੇ ਨੇ ਇਹ ਸ਼ਬਦ ਇਹਨਾਂ ਨੂੰ ਕਿਹਾ ਵੀ ਚਲੋ ਤੁਸੀਂ ਬੁੱਝੋ ਇਹਨਾਂ ਤੋਂ ਬੁੱਝਿਆ ਨਹੀਂ ਗਿਆ ਫਿਰ ਇਹਨਾਂ ਕੋਲੇ ਗਿਆ ਇਹਨਾਂ ਤੋਂ ਨੂੰ ਬੁੱਝਿਆ ਗਿਆ ਇਹਦੇ ਕੋਲੇ ਗਿਆ ਇਹ ਪ੍ਰੋਸੈਸ ਹੋ ਰਹੀ ਹੈ ਕੁਐਸਚਨ ਪੜੋ ਧਿਆਨ ਨਾਲ ਸਾਰੇ ਬੱਚੇ ਪਹਿਲਾਂ ਠੀਕ ਹੈ ਅ ਅੱਛਾ ਅੱਛਾ ਠੀਕ ਹੈ ਜੀ ਅਲਫਾਜ਼ ਕਹਿੰਦਾ ਤੁਸੀਂ ਬਹੁਤ ਹਾਂ 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 ਮੈਨੂੰ ਬੰਡਲ ਆਫ ਬਲੇਸਿੰਗਸ ਉਹ ਸ਼ੁਕਰੀਆ ਯਾਰ ਜਦੋਂ ਤੁਸੀਂ ਐਂ ਕਹਿੰਦੇ ਹੋ ਨਾ ਮੈਡਮ ਵੀ ਤੁਹਾਡਾ ਮਤਲਬ ਵੀ ਸਾਡਾ ਦਿਲ ਖੁਸ਼ ਹੁੰਦਾ ਤੁਹਾਡੇ ਤੋਂ ਪੜ ਕੇ ਤੇ ਤੁਹਾਨੂੰ ਦੁਆ ਦੁਆ ਦੀ ਕੋਈ ਕੀਮਤ ਨਹੀਂ ਅਸੀਂ ਹਰ ਚੀਜ਼ ਖਰੀਦ ਸਕਦੇ ਹਾਂ ਪਰ ਜਦੋਂ ਅਸੀਂ ਕਿਸੇ ਦਾ ਦਿਲ ਠਾਰਦੇ ਹਾਂ ਨਾ ਤੇ ਜਿਹੜੀ ਦਿਲੋਂ ਦੁਆ ਨਿਕਲਦੀ ਹੈ ਉਹ ਮੇਰੇ ਲਈ ਸਭ ਤੋਂ ਇੰਪੋਰਟੈਂਟ ਆ ਹੈ ਨਾ ਅਸੀਸ ਦੇਣੀ ਕਿਸੇ ਨੂੰ ਅਸੀਸ ਇਸ ਲਾਈਕ ਕਮਾਲ ਚਲੋ ਹਾਂਜੀ ਕੀ ਹੋ ਰਿਹਾ ਇਹ ਥਿਸ ਇਸ ਐਨ ਐਗਜ਼ਾਮਪਲ ਆਫ ਇਹ ਲੀਗਲ ਤਾਂ 셀ਫ ਅਸੈਸਮੈਂਟ ਤਾਂ ਬਿਲਕੁਲ ਨਹੀਂ ਹੋ ਰਹੀ 셀ਫ ਅਸੈਸਮੈਂਟ ਆਪਣੇ ਆਪ ਦੇ ਅਸੈਸਮੈਂਟ ਕਰਨੀ ਮਤਲਬ ਆਪਾਂ ਇਕੱਲੇ ਬੈਠ ਕੇ ਕਰਾਂਗੇ ਹਨਾ ਇੱਥੇ ਕੀ ਹੋ ਰਹੀ ਆ ਇੱਥੇ ਕੀ ਹੋ ਰਹੀ ਆ ਗਰੁੱਪ ਦੇ ਵਿੱਚ ਤਾਂ ਗਰੁੱਪ ਦੇ ਵਿੱਚ ਅਸੀਂ 셀ਫ ਅਸੈਸਮੈਂਟ ਨਹੀਂ ਕਰਾਂਗੇ 셀ਫ ਅਸੈਸਮੈਂਟ ਜਦੋਂ ਅਸੀਂ 셀ਫ ਸਟੱਡੀ ਕਰ ਰਹੇ ਹੁੰਦੇ ਹਾਂ ਸੈਲਫ ਅਸੈਸਮੈਂਟ ਦਾ ਮਤਲਬ ਕੀ ਹੈ ਜਦੋਂ ਅਸੀਂ ਸੈਲਫ ਸਟੱਡੀ ਕਰ ਰਹੇ ਹੁੰਦੇ ਆ ਇੱਥੇ ਕੀ ਹੈ ਸਾਡੇ ਦੋਸਤ ਫਰੈਂਡਸ ਸਾਡੇ ਮਿੱਤਰੋ ਮਿੱਤਰ ਮਤਲਬ ਸਾਡੇ ਪੀਅਰ ਪੀਅਰ ਮਤਲਬ ਪੀਅਰ ਅਸੈਸਮੈਂਟ ਕਾਫੀ ਜਵਾਕ ਸਹੀ ਜਵਾਬ ਦੇ ਰਹੇ ਨੇ ਬਿਲਕੁਲ 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 ਹਾਂਜੀ ਹੋ ਗਿਆ ਸਹੀ ਬਿਲਕੁਲ ਫੀਡਬੈਕ ਤਾਂ ਹੈ ਹੀ ਨਹੀਂ ਰੀਡਿੰਗ ਅਸੈਸਮੈਂਟ ਤਾਂ ਹੈ ਹੀ ਨਹੀਂ ਸੈਲਫ ਅਸੈਸਮੈਂਟ ਤੇ ਪੀਅਰ ਅਸੈਸਮੈਂਟ ਦੇ ਵਿੱਚੋਂ ਇੱਕ ਹੋਣਾ ਸੀਗਾ ਸੈਲਫ ਦੇ ਵਿੱਚ ਇਕੱਲਾ ਬੱਚਾ ਹੈਗਾ ਇੱਥੇ ਤਾਂ ਪੰਜ ਗਰੁੱਪ ਬੈਠੇ ਨੇ ਪੰਜ-ਪੰਜ ਵਾਕ ਬੈਠੇ ਨੇ ਸੋ ਪੀਅਰ ਅਸੈਸਮੈਂਟ ਵੈਲ ਬੀ ਦਾ ਆਨਸਰ ਕਲੀਅਰ ਹੋਇਆ ਚਲੋ ਜੀ ਅਗਲੇ ਪੁਆਇੰਟ ਤੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਏ ਨਹੀਂ ਰਵਿੰਦਰ ਪ੍ਰੀਵੀਅਸ ইয়ার ਕੁਐਸਚਨ ਦਾ ਵੀ ਮਿਕਸਚਰ ਹੈ ਕੁਝ ਨਵੇਂ ਵੀ ਨੇ ਮਤਲਬ ਮੈਂ ਪੁਰਾਣੇ ਵੀ ਮਿਲਾ ਲੈਣੇ ਆ ਤੇ ਨਵੇਂ ਵੀ ਚੱਕ ਲੈਣੇ ਆ ਠੀਕ ਹੈ ਹਾ ਵੀਰਪਾਲ ਮੰਮਤਾ ਸ਼ੁਗਰੀਆ ਜਾਨੇ ਮਨ ਸ਼ੁਗਰੀਆ بس ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ ਰਜੇ ਸਾਨੂੰ ਮਤਲਬ ਵੀ ਮੈਨੂੰ ਬੜਾ ਚਾਹ ਰਹਿੰਦਾ ਵੀ ਮੈਂ ਬੱਚਾ ਨੂੰ ਪੜਾਵਾ ਮੈਂ ਬੜਾ ਪੈਸ਼ਨਲੀ ਮਤਲਬ ਪੈਸ਼ਨੇਟਲੀ ਆਪਦੇ ਫੀਲਡ ਨੂੰ ਆਪਦੇ ਕਹਿੰਦੇ ਜੌਬ ਨੂੰ ਇੰਜੋਏ ਕਰਦੀ ਆ ਇਹਦੇ ਵਿੱਚ ਵੱਡਾ ਕਾਰਨ ਇਹੀ ਹੈ ਕਿ ਮੈਂ ਸਾਡੇ ਸਮਾਜ ਦੇ ਸਭ ਤੋਂ ਅੱਛੇ ਵਰਗ ਨਾਲ ਜੁੜੀ ਹੋਈ ਆ ਤੁਸੀਂ ਉਹ ਵਰਗੋਂ ਜਿਹੜੇ ਘਰੇ ਬੈਠ ਕੇ ਆਪਣੀ ਲਾਈਫ ਦੇ ਲਈ ਪ੍ਰੋਪਰ ਤਰੀਕੇ ਨਾਲ ਸਟਰਗਲ ਕਰ ਰਹੀ ਹਾਂ ਮੈਨੂੰ ਚੰਗਾ ਲੱਗਦਾ ਜਦੋਂ ਕੁੜੀਆਂ ਐਫਰਟਸ ਕਰਦੀਆਂ ਨੇ ਆਪਦੇ ਆਪ ਲਈ ਆਪਦੇ ਆਪ ਨੂੰ ਸੈੱਟ ਕਰਨ ਵਾਸਤੇ ਚਾਹੇ ਉਹ ਵਿਆਹੀਆਂ ਨੇ ਚਾਹੇ ਉਹਨਾਂ ਦੇ ਬੱਚੇ ਨੇ ਚਾਹੇ ਉਹ ਜੌਬਸ ਕਰ ਰਹੀਆਂ ਨੇ ਬਟ ਸਟਿਲ ਦੇ ਆਰ ਡੂਇੰਗ ਐਫਰਟ ਇਟਸ ਦਾ ਬੈਸਟ ਥਿੰਗ ਠੀਕ ਹੈ ਚਲੋ ਜੀ ਆਈ ਲਾਈਕ ਇਟ ਲਓ ਜੀ ਸਵਾਲ ਪੜੋ ਪਹਿਲਾਂ ਕਹਿੰਦੇ ਆਈ ਲਾਈਕ ਇਟ ਵੈਨ ਦਾ ਟੀਚਰ ਗਿਵਸ ਮੀ ਅ ਕਾਰਡ ਵਿਦ ਅ ਵਰਡ ਆਫ ਫਰੇਜ਼ਸ ਔਨ ਇਟ ਇਹ ਮੈਨੂੰ ਵਧੀਆ ਲੱਗਦਾ ਹੈ ਵੀ ਜਦੋਂ ਕੋਈ ਟੀਚਰ ਮੈਨੂੰ ਕੋਈ ਕਾਰਡ ਦਿੰਦਾ ਜਿਹਦੇ ਉੱਪਰ ਕਾਫੀ ਫਰੇਜ਼ਸ ਫਰੇਜ਼ਸ ਮਤਲਬ ਵਰਡਸ ਅੱਛਾ ਹੈ ਉਹੀ ਚੀਜ਼ ਆ ਤੁਹਾਨੂੰ ਮਜ਼ਾ ਆਊਗਾ ਕੀ ਮਜ਼ਾ ਆਊਗਾ ਹੁਣ ਕਈ ਵਾਰੀ ਆ ਸੀ ਨਾ ਫਿਲਮ ਗੈਸ ਕਰਨੀ ਖੇਡਦੇ ਹੁੰਦੇ ਸੀਗੇ ਵੀ ਇੱਕ ਚਾਰ ਪੰਜ ਬੰਦੇ ਬੈਠੇ ਨੇ ਜਾਂ ਸੀ ਕਲਾਸਰੂਮ ਦੇ ਵਿੱਚ ਬੈਠੇ ਆ ਤੇ ਕਲਾਸਰੂਮ ਦੇ ਵਿੱਚ ਬੈਠ ਕੇ ਇੱਕ ਬੱਚਾ ਸਾਹਮਣੇ ਜਾ ਰਿਹਾ ਹੈ ਤੇ ਸਾਹਮਣੇ ਬੱਚਾ ਐਕਸ਼ਨ ਕਰ ਰਿਹਾ ਪੰਜਾਬੀ ਮੂਵੀ ਵਾਸਤੇ ਉੱਪਰ ਵਰਡ ਹੈ ਹਿੰਦੀ ਵਾਸਤੇ ਨੀਚੇ ਹੈ 3 ਵਰਡਸ ਦੀ ਮੂਵੀ ਹੈ ਸਮਥਿੰਗ ਲਾਈਕ 댓 ਠੀਕ ਹੈ ਆਈ ਲਾਈਕ ਇਟ ਵੈਨ ਦਾ ਟੀਚਰ ਗਿਵਸ ਮੀ ਅ ਕਾਰਡ ਵਿਦ ਅ ਵਰਡ ਆਫ ਫਰੇਜ਼ਸ ਔਨ ਇਟ ਐਂਡ ਆਈ ਹੈਵ ਟੂ ਐਕਟ ਇਟ ਆਊਟ ਫਾਰ ਦਾ ਰੈਸਟ ਆਫ ਦਾ ਕਲਾਸ ਤੇ ਮੈਨੂੰ ਸਾਰੀ ਕਲਾਸ ਨੂੰ ਇਹ ਚੀਜ਼ ਐਕਟ ਕਰਕੇ ਦਿਖਾਉਣੀ ਆ ਵੀ ਇਹ ਕੁਛ ਐਵੇਂ ਕ ਹਣਾ ਜਿਵੇਂ ਮੈਂ ਮਤਲਬ ਕੋਈ ਚੀਜ਼ ਐਕਸ਼ਨ ਕਰਕੇ ਰਿਐਕਸ਼ਨ ਕਰਕੇ ਦਿਖਾਵਾਂ ਠੀਕ ਹੈ ਤੇ ਡੈਟ ਦੇ ਗੈਸ ਦਾ ਵਰਡ ਤੋਂ ਵਰਡ ਗੈਸ ਕਰਦੇ ਨੇ ਗੇਮ ਹੋ ਰਹੀ ਉਹੀ ਫਾਈਂਡ ਦਾ ਲਰਨਰਸ ਕਮੈਂਟਸ ਵਿਦ ਦਾ ਲਰਨਰਸ ਪ੍ਰੈਫਰੈਂਸਸ ਲਿਸਟਡ ਬਿਲੋ ਲਓ ਜੀ ਸਵਾਲੋ ਫਿਰ ਕਿਹੜਾ ਜਵਾਬ ਸਹੀ ਹੋ ਸਕਦਾ ਹੈ ਇਹਦੇ ਵਾਸਤੇ ਸਵਾਲ ਦਾ ਜਵਾਬ ਕਰਨਾ ਛੇਤੀ ਛੇਤੀ ਠੀਕ ਹੈ ਚਲੋ ਜੀ ਆ ਰਿਮੈਂਬਰ ਲੈਂਗੁਏਜ ਵੈਲ ਵੈਨ ਆਮ ਕੈਨਸਥੈਟਿਕਲੀ ਇਨਵੋਲਡ ਕੈਨਸਥੈਟਿਕਲੀ ਇਨਵੋਲਡ ਦਾ ਮਤਲਬ ਕੀ ਹੁੰਦਾ ਹੈਗਾ ਜਦੋਂ ਮੈਂ ਐਕਟਿਵਲੀ ਇਨਵੋਲਡ ਹੋਣਾ ਬਾਡੀ ਤੋਂ ਐਕਟਿਵ ਹੋ ਕੇ ਇਨਵੋਲਡ ਹੋਣਾ ਕੈਨਸਥੈਟਿਕਲੀ ਦਾ ਮਤਲਬ ਕੀ ਹੁੰਦਾ ਹੈ ਬਾਡੀ ਤੋਂ ਐਕਟਿਵਲੀ ਹੋਣਾ ਬਾਡੀ ਤੋਂ ਐਕਟਿਵਲੀ ਹੋਣਾ ਮਤਲਬ ਫਿਜ਼ੀਕਲੀ ਰਿਸਪੌਂਸ ਉਹੀ ਚੀਜ਼ ਆ ਇਹ ਫਿਜ਼ੀਕਲ ਜਿਹੜਾ ਆਪਣਾ ਪਿੱਛੇ ਪੜ ਕੇ ਆਏ ਆ ਅਸੀਂ ਹਨਾ ਟੋਟਲ ਫਿਜ਼ੀਕਲ ਰਿਸਪੌਂਸ ਟੋਟਲ ਫਿਜ਼ੀਕਲ ਰਿਸਪੌਂਸ ਵਾਲੀ ਗੱਲ ਹੀ ਹੋ ਰਹੀ ਹੈ ਠੀਕ ਹੈ ਜੀ ਬਨਾਮ ਕਾਨਾਸਥੈਟਿਕਲੀ ਇਨਵੋਲਡ ਜਦੋਂ ਮੈਂ ਬਾਡੀ ਤੋਂ ਐਕਸ਼ਨ ਕਰ ਰਿਹਾ ਨਾ ਬੱਚਾ ਕਲਾਸ ਦੇ ਵਿੱਚ ਠੀਕ ਹੈ ਐਕਸ਼ਨ ਕਰਕੇ ਬੱਚਾ ਕੀ ਦੱਸ ਰਿਹਾ ਸਾਹਮਣੇ ਵਾਲੇ ਨੂੰ ਮੂਵੀ ਦਾ ਨਾਮ ਸਮਝਾ ਰਿਹਾ ਠੀਕ ਹੈ ਤਾਂ ਇਹ ਕੀ ਆ ਇਹ ਪਹਿਲੀ ਆਪਸ਼ਨ ਆਪਣੀ ਸਹੀ ਆਪਸ਼ਨ ਹੈ ਬਣੀ ਨਾ ਗੱਲ ਆ ਰਿਮੈਂਬਰ ਲੈਂਗੁਏਜ ਮੈਨੂੰ ਕਹਿੰਦੇ ਰੈਂਗੋ ਚ ਵਧੀਆ ਲੱਗਦੀ ਹੁਣ ਲਿਖਿਆ ਤਾਂ ਫਰੇਜ਼ਲਸ ਹੀ ਨਹੀਂ ਨਾ ਵਰਡ ਆਫ ਫਰੇਜ਼ਸ ਮਤਲਬ ਕੁਝ ਫਰੇਜ਼ਸ ਲਿਖੀਆਂ ਗਈਆਂ ਨੇ ਉਹਨੂੰ ਬੱਚਾ ਖੇਡ ਖੇਡ ਕੇ ਕੀ ਕਰ ਲੂਗਾ ਸਿੱਖ ਲੂਗਾ ਦਿਮਾਗ ਦੇ ਵਿੱਚ ਬਿਠਾ ਲੂਗਾ ਤੇ ਜਦੋਂ ਸਿੱਖ ਗਿਆ ਤੇ ਉਹਦੇ ਨਾਲ ਉਹ ਕਿਉਂ ਸਿੱਖਿਆ ਬਨਾਮ ਕੈਨਸਥੈਟਿਕਲੀ ਇਨਵੋਲਡ ਕੈਨਸੈਕਲ ਮਤਲਬ ਫਿਜ਼ੀਕਲੀ ਬਾਡੀ ਸਾਡੀ ਐਕਸ਼ਨ ਦੇ ਥਰੂ ਇਨਵੋਲਡ ਆ ਉਹਦੇ ਚੀਜ਼ ਦੇ ਵਿੱਚ ਇਹ ਆਪਸ਼ਨ ਇਸ ਦਾ கரੈਕਟ ਆਪਸ਼ਨ ਅੱਛਾ ਹੋਰ ਗੱਲ ਦੱਸ ਦਵਾਂ ਬੱਚੇ ਇਸ ਨੰਬਰ ਤੇ ਕਾਲ ਕਰਕੇ ਆਪਣਾ 1 ਮਾਰਚ ਵਾਲਾ ਬੈਚ ਪਰਚੇਸ ਕਰ ਲਓ ਜਿਨੇ ਕਰਨਾ ਕਿਉਂਕਿ ਬੈਚ ਦੀ ਫੀਸ ਕੱਲ ਨੂੰ ਵੱਧ ਜੂਗੀ ਠੀਕ ਹੈ ਜਿਹੜਾ ਆਪਣਾ ਟਾਰਗੇਟ ਸੀ ਉਹ ਅੱਜ ਕੰਪਲੀਟ ਹੋ ਚੁੱਕਿਆ ਮੈਂ ਇੱਕ ਦਿਨ ਦਾ ਜ਼ਿਆਦਾ ਸਮਾਂ ਫਿਰ ਵੀ ਦੇ ਰਹੀ ਆ ਤਾਂ ਜਿਹੜੇ ਵੀ ਥੋੜੇ ਦੋਸਤ ਮਿੱਤਰ ਨੇ ਜਿਹੜਾ ਆਪਣਾ 2599 ਰੁਪਏ ਵਾਲਾ ਬੈਚ ਹੈ 1 ਮਾਰਚ ਤੋਂ ਜਿਹੜਾ ਸਟਾਰਟ ਹੈ ਜਿਹੜਾ ਕਿ ਨਵਾਂ ਪੀਐਸ ਟੈਟ ਦੇ ਬੈਚ ਦੇ ਲਈ ਆ ਥੋੜੇ ਦੋਸਤ ਮਿੱਤਰ ਤੁਹਾਡੇ ਅੰਡੀ ਗਵੰਡੀ ਜਿਹੜੇ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਨੇ ਉਹ ਬਾਅਦ 'ਚ ਵੀ ਕਰਨਗੇ ਫਿਰ ਤੁਹਾਡੇ ਪੈਸੇ ਵੱਧ ਜਾਣਗੇ ਤਾਂ ਤੁਸੀਂ ਬੈਟਰ ਹੈ ਕਿ 2600 ਰੁਪਏ ਦੇ ਵਿੱਚ ਇਹ ਬੈਚ ਪਰਚੇਸ ਕਰ ਲਓ ਤੇ ਸਾਰਾ ਮਟੀਰੀਅਲ ਤੁਹਾਡੇ ਘਰੇ ਆਊਗਾ ਇਮਾ ਦਸ ਦਮਾ ਫੇਰ ਨਾ ਕਹੂੰ ਕਿ ਸਾਨੂੰ ਦੱਸਿਆ ਨਹੀਂ ਫਿਰ ਕਈ ਵਾਰੀ ਬੱਚੇ ਕਹਿੰਦੇ ਨੇ ਸਰ ਤੁਹਾਨੂੰ ਲੇਟ ਦੇਖਿਆ ਜੀ ਤੁਹਾਡੀ ਵੀਡੀਓ ਲੇਟ ਦੇਖੀ ਜੀ ਫਿਰ ਐ ਕੰਮ ਨਹੀਂ ਨਾ ਬੜਨਾ ਫਿਰ ਇੱਕ ਪ੍ਰੋਸੈਸ ਆਪਾਂ ਨੂੰ ਫੋਲੋ ਕਰਨਾ ਪੈਣਾ ਤਾਂ ਫਿਰ ਪੁੱਤਰ ਜੀ ਇਹਦੀ ਫੀਸ ਜਾਣੀ ਹੈ ਵੱਧ ਤੇ ਫਿਰ ਆਪਾਂ ਨੂੰ ਲੱਗਣਾ ਵੀ ਆਈ ਹੈ ਠੀਕ ਹੈ ਚਲੋ ਆਈ ਰਿਮੈਂਬਰ ਲੈਂਗੁਏਜ ਵੈਨ ਆਈ ਸੀ ਇਟ ਮਤਲਬ ਦੇਖ ਕੇ ਨਹੀਂ ਕਦੇ ਸਿੱਖਿਆ ਜਾ ਸਕਦਾ ਇਹ ਵੀ ਸਾਨੂੰ ਪਤਾ ਹੈ ਵੀ ਅਸੀਂ ਦੇਖ ਕੇ ਬਹੁਤ ਘੱਟ ਸਿੱਖਦੇ ਹਾਂ ਮੈਂ ਤੁਹਾਨੂੰ ਕਹਦਾ ਵੀ ਇੱਥੇ ਕੁਐਸਚਨ ਦੇਖੀ ਜਾਓ ਤੇ ਆਪਣੇ ਆਪ ਸੋਲਵ ਕਰੀ ਜਾਓ ਇਜ਼ ਇਟ ਪੋਸੀਬਲ ਇਹ ਹੈ ਸੰਭਾਵਨਾ ਕਿ ਤੁਸੀਂ ਦੇਖ ਕੇ ਸਿੱਖੋਗੇ ਨਹੀਂ ਸਿੱਖ ਰਹੇ ਠੀਕ ਹੈ ਆਈ ਰਿਮੈਂਬਰ ਲੈਂਗੁਏਜ ਵਨ ਆਈ ਹਿਅਰ ਇਟ ਮੈਂ ਸੁਣ ਕੇ ਸਿੱਖ ਨੁਗਾ ਨਹੀਂ ਹੁੰਦਾ ਜੀ ਆਈ ਮੈਮੋਰਾਇਜ਼ ਦਾ ਫਰੇਜ਼ਸ ਫਰਮ ਦਾ ਕਾਰਡ ਕਿੰਨੀਆਂ ਕੁ ਫਰੇਜ਼ਸ ਨੂੰ ਮੈਮੋਰਾਇਜ਼ ਕਰ ਲੂੰਗੇ ਨਹੀਂ ਹੋਣੀਆਂ ਆਈ ਰਿਮੈਂਬਰ ਦਾ ਲੈਂਗੁਏਜ ਵੈਲ ਵੈਨ ਆਈ ਕਨ ਸਥੈਟਿਕਲੀ ਇਨਵੋਲਡ ਬੱਚੇ ਨੂੰ ਅਸੀਂ ਫਿਜ਼ੀਕਲ ਇਨਵੋਲ ਕਰਕੇ ਤਾਂ ਲੈਂਗੁਏਜ ਸਿਖਾਉਣੀ ਆ ਠੀਕ ਹੈ ਜੀ ਕਲੀਅਰ ਪੁਆਇੰਟ ਚਲੋ ਜੀ ਤੁਹਾਡਾ ਜਿਹੜਾ ਘਰ ਵਾਲਾ ਕੁਐਸਚਨ ਹੈ ਇਹ ਇਹ ਕੁਐਸਚਨ ਹੈ ਠੀਕ ਹੈ ਜੀ ਇਸ ਕੁਐਸਚਨ ਦਾ ਸਾਰੇ ਬੱਚਿਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਦੇਣਾ ਅੱਜ ਦੀ ਕਲਾਸ ਦਾ ਇੱਕ ਕੁਐਸਚਨ ਲਾਸਟ ਤੇ ਮਿਲਿਆ ਕਰੂਗਾ ਜਿਹਦਾ ਤੁਸੀਂ ਸਾਰੇ ਬੱਚੇ ਆਨਸਰ ਕਰਿਆ ਕਰੋਗੇ ਲਾਈਕ ਸ਼ੇਅਰ ਜ਼ਰੂਰ ਕਰਜਿਆ ਕਰੋ ਵੀਡੀਓ ਨੂੰ ਔਰ ਜਦੋਂ ਵੀਡੀਓ ਆਪਣੀ ਬੰਦ ਹੋਗੀ ਉਸ ਤੋਂ ਬਾਅਦ ਆਪਣੇ ਕਮੈਂਟਸ ਜ਼ਰੂਰ ਕਰਕੇ ਜਾਣੇ ਨੇਗੇ ਤਾਂ ਕਿ ਮੈਂ ਉਹਨਾਂ ਕਮੈਂਟਸ ਨੂੰ ਪੜਾਂ ਤੇ ਆਪਾਂ ਉਹਦੇ ਥਰੂ ਇੱਕ ਦੂਜੇ ਨਾਲ ਕਨੈਕਟਡ ਫੀਲ ਕਰਗੇ ਠੀਕ ਹੈ ਜੀ ਸੋ ਇਹ ਚੀਜ਼ ਧਿਆਨ ਚ ਰੱਖਣੀ ਹੈ ਸਾਰੇ ਬੱਚਿਆਂ ਨੇ ਆਨਲਾਈਨ ਕਲਾਸਾਂ ਹੋਣਗੀਆਂ ਬਿਲਕੁਲ ਆਨਲਾਈਨ ਹੋਣੀਆਂ ਰਾਜਦੀਪ ਬਸ ਤੁਸੀਂ ਕੁਝ ਨਹੀਂ ਕਰਨਾ ਬੱਚਾ ਇਸ ਨੰਬਰ ਤੇ ਕਾਲ ਕਰ ਦਿਓ ਜਸਟ this is the number 98157 ਇੱਥੇ ਤੁਹਾਨੂੰ ਸਾਰੀ ਜਾਣਕਾਰੀ ਮਿਲਣ ਵਾਲੀ ਹੈ ਇਸ ਬੈਚ ਦੇ ਰਿਲੇਟਡ ਠੀਕ ਹੈ ਜੀ ਸੋ ਇਸ ਕੁਐਸਚਨ ਨੂੰ ਤੁਸੀਂ ਸੋਲਵ ਕਰਨਾ ਹੈਗਾ ਔਰ ਇੰਪੋਰਟੈਂਟਲੀ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਹੈ ਇਨਵੋਲਵ ਹੋ ਕੇ ਇਹਨਾਂ ਚੀਜ਼ਾਂ ਨੂੰ ਅਨਸਰਏਬਲ ਹੋਣਾ ਹੈਗਾ ਇਹਨਾਂ ਚੀਜ਼ਾਂ ਦੇ ਲਈ ਠੀਕ ਹੈ ਓਨਲੀ ਕਲਾਸਸ ਜਾਂ ਮੈਂ ਬੁੱਕਸ ਵੀ ਬੁੱਕਸ ਵੀ ਮਿਲਣਗੀਆਂ ਕਰੇਉਣਗੀਆਂ ਬੁੱਕਸ ਐਸਐਸਟੀ ਦੀ ਕਲਾਸ ਅਗਲੀ ਲੱਗੂਗੀ 9 ਵਜੇ 9 ਵਜੇ ਹੈ ਨਾ ਐਸਐਸਟੀ ਦਾ ਟਾਈਮ ਲਾਉਣੇ ਆਪਾਂ ਕਲਾਸ 9 ਵਜੇ ਬਸ ਤੱਕੜੇ ਹੋ ਜਾਈਏ ਬੇਟਾ ਸਕ੍ਰੀਨ ਵਿਜ਼ੀਬਲ ਨਹੀਂ ਹੈਗੀ ਕੋਈ ਗੱਲ ਨਹੀਂ ਸਕ੍ਰੀਨ ਕੱਲ ਨੂੰ ਨਾ ਇਹਨੂੰ ਵਾਈਟ ਤੋਂ ਹਟਾਉਣੇ ਆ ਵਾਈਟ ਥੋੜਾ ਜਿਆਦਾ ਡੇਂਜਰਸ ਕਲਰ ਹੋ ਜਾਂਦਾ ਹੈਗਾ ਬਲੈਕ ਕਰ ਦਿੰਨੇ ਆ ਠੀਕ ਹੈ ਐਸਐਸਟੀ ਦੀ ਅਗਲੀ ਕਲਾਸ ਹੈ ਬੱਚਾ ਅਗਲੀ ਕਲਾਸ ਹੈ ਚਲੋ ਫਿਰ ਮਿਲਦੇ ਆ ਠੀਕ ਹੈ ਨੈਕਸਟ ਕਲਾਸ ਐਸਐਸਟੀ ਦੀ ਹੈਗੀ ਆ ਇਸ ਕੁਐਸਚਨ ਦਾ ਆਨਸਰ ਤੁਸੀਂ ਸਾਰਿਆਂ ਨੇ ਉਦੋਂ ਦੇਣਾ ਹੈਗਾ ਜਦੋਂ ਆਪਣੀ ਕਲਾਸ ਬੰਦ ਹੋਊਗੀ ਆਪਾਂ ਕਮੈਂਟਸ ਕਰਕੇ ਕੋਈ ਨਾ ਕੋਈ ਸੁਜੈਸ਼ਨਸ ਕੋਈ ਨਾ ਕੋਈ ਹੈਲਪ ਤੁਹਾਨੂੰ ਚਾਹੀਦੀ ਆ ਕੋਈ ਨਾ ਕੋਈ ਗੱਲਬਾਤ ਤੁਸੀਂ ਪੁੱਛਣੀ ਆ ਕਮੈਂਟਸ ਦੇ ਵਿੱਚ ਵੀ ਪੁੱਛ ਸਕਦੇ ਹੋ ਤੁਸੀਂ ਠੀਕ ਆ ਚਲੋ ਮਿਲिए ਫਿਰ ਆਪਾਂ ਅਗਲੀ ਕਲਾਸ ਦੇ ਵਿੱਚ ਆ ਰਾਜਦੀਪ ਮੈਨੂੰ ਨਾ ਕਾਲ ਕਰ ਲਓ ਕੱਲ ਤੱਕ ਬੈਚ ਲੈ ਲਓ ਕੱਲ ਤੱਕ ਮੈਂ ਐਕਸਟੈਂਡ ਕਰਾ ਰਹੀ ਆਂਗੀ ਠੀਕ ਆ ਸ਼ੁਕਰੀਆ ਸੋਨੀਆ ਸ਼ੁਕਰੀਆ ਜੀ ਸ਼ੁਕਰੀਆ ਪੰਜਾਬੀ ਦੀ ਕਲਾਸ ਟਾਈਮਿੰਗ ਕੱਲ ਨੂੰ ਹੋਊਗੀ ਮੈਨੂੰ ਹਜੇ ਪਤਾ ਨਹੀਂਗਾ YouTube ਦੀ ਹਾਂ ਸਾਈਕੋਲੋਜੀ ਦੀ ਕਲਾਸ ਲੱਗੀ ਸੀ ਅੱਜ ਦੁਪਹਿਰੇ ਸਵਾ 2 ਵਜੇ ਠੀਕ ਹੈ ਹਾਂਜੀ ਚਲੋ 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 டா டா ਅਗਲੀ ਕਲਾਸ ਚ ਮਿਲਦੇ ਆ ਠੀਕ ਹੈ ਮੈਨੂੰ 15 ਮਿੰਟ ਰੈਸਟ ਦੋ ਮਾਈ ਥ੍ਰੋਟ ਇਜ਼ ਲਾਈਕ ਗੈਟਿੰਗ ਚਲੋ ਠੀਕ ਹੈ ਜੀ ਠੀਕ ਹੈ ਪੜਦੇ ਰਹੋ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਦੁਆਵਾਂ ਦਿੰਦੇ ਰਹੋ ਤੇ ਮਿਹਨਤ ਕਰਦੇ ਰਹੋ ਪਰਮਾਤਮਾ ਤੁਹਾਡੀ ਮਿਹਨਤ ਨੂੰ ਇੱਕ ਦਿਨ ਚਾਰ ਚੰਦ ਜ਼ਰੂਰ ਲਾਵੇ ਤੇ ਯਾਦ ਰੱਖਿਓ ਜਿਹੜੀ ਸਾਡੀ ਡੈਡੀਕੇਸ਼ਨ ਹਾਰਡ ਵਰਕ ਸਾਡੀ ਮਿਹਨਤ ਹੈ ਉਹਦਾ ਫਲ ਹਮੇਸ਼ਾ ਮਿੱਠਾ ਹੋਊਗਾ ਥੋੜਾ ਟਾਈਮ ਲੇਟ ਜ਼ਰੂਰ ਮਿਲ ਸਕਦਾ ਪਰ ਮਿਲੂਗਾ ਜ਼ਰੂਰ ਸ਼ੁਕਰੀਆ ਬੱਚੇ